ਸਰਕਾਰ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਚੱਲ ਰਿਹਾ ਜੀ ਉਲਟ ਪਲਟ ਅਨੁਕੜਾ ਹਾਜ਼ਰ ਹੋ ਚੁੱਕਿਆ ਹੈ ਤੇ ਰਵੀ ਸੰਗਰਾ ਹੁਰਜੀ ਵੀ ਨਾਲ ਦੀ ਕੁਰਸੀ ਤੇ ਹਾਜ਼ਰ ਨੇ ਸੰਗਰਾ ਹੁਰ ਤੋਂ ਖਾਸ ਕਰਕੇ ਆਪਣਾ ਪ੍ਰੋਗਰਾਮ ਪੇਸ਼ ਕਰਨ ਪਹੁੰਚੇ ਨੇ ਸਸਟੀਕਾ ਸੰਗਰਾ ਹੁਰ ਸਾਹਿਬ ਕਿਵੇਂ ਹੋ ਕੋੜਾ ਸਾਹਿਬ ਮੈਂ ਬਹੁਤ ਟਾਈਮ ਦਾ ਮੈਂ ਕਰੀ ਬੈਠਾ ਮੈਂ ਕਾ ਸ਼ਾਇਦ ਅੱਜ ਪਤਾ ਨਹੀਂ ਕਿਉਂ ਇਸ ਤਰੀਕੇ ਦੇ ਨਾਲ ਮੈਨੂੰ ਪ੍ਰੈਜ਼ੈਂਟ ਕੀਤਾ ਜਾ ਰਿਹਾ ਕੁਝ ਖਾਸ ਵਜ੍ਹਾ ਨਹੀਂ ਸਾਡਾ ਖਾਸ ਪ੍ਰੋਗਰਾਮ ਹੈ ਦੇਖੋ ਅਸੀਂ ਡੇਲੀ ਹਾਜ਼ਰ ਹੁੰਨੇ ਆ ਆਪਣਾ ਪ੍ਰੋਗਰਾਮ ਕਰਨ ਦੇ ਵਾਸਤੇ ਅਸੀਂ ਬੜੀਆਂ ਮਤਲਬ ਚਟਪਟੀਆਂ ਚੁਲਬੁਲੀਆਂ ਨਾਲ ਦੇ ਨਾਲ ਉਲਟ ਪੁਲਟ ਮੁੱਦੇ ਮਸਲੇ ਅੱਜਕੱਲ ਮੇਰੀ ਨਾ ਮੇਰੀ ਕਦਰ ਬੜੀ ਹੋਣ ਲੱਗ ਗਈ ਹੈ ਸ਼ੋਅ ਦੇ ਵਿੱਚ ਨਾ ਸਟਾਰਟਿੰਗ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਪ੍ਰੈਜ਼ੈਂਟ ਕੀਤਾ ਜਾਂਦਾ ਮੈਨੂੰ ਬਹੁਤ ਚੰਗਾ ਲੱਗਦਾ ਪਰ ਸੋਹਣੀਆਂ ਸੋਹਣੀਆਂ ਗੱਲਾਂ ਵੀ ਜਿਹੜੀਆਂ ਉਹ ਖੂਬਸੂਰਤੀ ਦੇ ਨਾਲ ਬਾਹਰ ਆਉਂਦੀਆਂ ਦੇਖੋ ਮੈਂ ਨਾ ਸਾਬ ਲਾਇਆ ਜਰਾ ਕਿ ਮਤਲਬ ਆਦਤ ਹੀ ਹ ਕੀ ਜਦੋਂ ਸਾਨੂੰ ਕੋਈ ਮਾੜਾ ਕਹਿ ਦੇਵੇ ਸਾਨੂੰ ਤਾਂ ਵੀ ਗੁੱਸਾ ਲੱਗ ਜਾਂਦਾ ਵੀ ਮੈਨੂੰ ਮਾੜਾ ਕਿਉਂ ਕਹਤਾ ਜਦੋਂ ਕੋਈ ਚੰਗਾ ਕਹਿ ਦੇਵੇ ਯਾਰ ਇਹਨੇ ਮੈਨੂੰ ਚੰਗਾ ਕਿਹਾ ਇਹ ਕਿਉਂ ਕਿਹਾ ਹੋਊਗਾ ਮਤਲਬ ਕੋਈ ਆਪਣਾ ਦੇਖੋ ਫਿਤਰਤ ਹੈ ਇਹ ਸਾਡੀ ਪੰਜਾਬੀਆਂ ਦੀ ਫਿਤਰਤ ਹੈ ਮਤਲਬ ਜੇ ਕੋਈ ਤਰੱਕੀ ਕਰਦਾ ਤੇ ਆਪਾਂ ਨੂੰ ਇਉਂ ਲੱਗਦਾ ਹੁੰਦਾ ਵੀ ਬੰਦਾ ਬੜਾ ਯਾਰ ਇਹ ਤਾਂ ਮਤਲਬ ਕਹਿ ਲਓ ਕਿ غرੂਰ ਵਾਲਾ ਬੰਦਾ ਹੈ ਨਾ ਸਾਡੇ ਨਾਲ ਗੱਲ ਨਹੀਂ ਕਰਦਾ ਫਿਰ ਜੇ ਕਿਤੇ ਪਿਆਰ ਨਾਲ ਬੋਲ ਕੇ ਕਹਦੇ ਲੱਗ ਕੇ ਇਹਨੇ ਕਿਉਂ ਪਿਆਰ ਨਾਲ ਬੁਲਾ ਲਿਆ ਕੋਈ ਗਲਤੀ ਜ਼ਰੂਰ ਹੈ ਇਹਨੂੰ ਕੰਮ ਹੋਣਾ ਕੋਈ ਨਾ ਕੋਈ ਇਹ ਸਾਡੀ ਸਾਡੀ ਫਿਤਰਤ ਹੈ ਅਸੀਂ ਅਸੀਂ ਆਪਦੇ ਆਪਦੇ ਸੱਭਿਆਚਾਰ ਨੂੰ ਸਾਡੇ ਜਿਹੜਾ ਸਾਨੂੰ ਸਾਡੇ ਸਮਾਜ ਦੇ ਵਿੱਚ ਚੱਲਦਾ ਉਹਨੂੰ ਅਸੀਂ ਛੱਡ ਨਹੀਂ ਸਕਦੇ ਸਾਡੇ ਮੈਂ ਕਹਿੰਦੀ ਸੀ ਵੀ ਇਹ ਵੀ ਸੱਭਿਆਚਾਰ ਚਾਹੁੰਦਾ ਹੈ ਇਹ ਬਿਲਕੁਲ ਸੱਭਿਆਚਾਰ ਚਾਹ ਕੋੜਾ ਸਾ ਤੁਹਾਨੂੰ ਮੈਂ ਬਹੁਤ ਕੁਝ ਸਮਝਾਉਂਗਾ ਸੱਭਿਆਚਾਰ ਬਾਰੇ ਵੈਸੇ ਤੁਸੀਂ ਤੁਹਾਨੂੰ ਘੱਟ ਪਤਾ ਮੈਂ ਦੱਸੂਗਾ ਉਹ ਹੋ ਹੋ ਅੱਛਾ ਜੀ ਚੰਡੀਗੜ੍ਹ ਵਾਲਿਓ ਤੁਹਾਨੂੰ ਕੀ ਪਤਾ ਹੈ ਪਿੰਡਾਂ ਦੇ ਵਿੱਚ ਕੀ ਕੁਝ ਚੱਲਦਾ ਹੈ ਚਲੋ ਠੀਕ ਹੈ ਮੈਨੂੰ ਇੰਨੇ ਹੀ ਤਾਂ ਚਲੋ ਮੈਨੂੰ ਪਤਾ ਲੱਗ ਗਿਆ ਵੀ ਤੁਹਾਡੇ ਦਿਮਗ ਚਾਏ ਤੁਹਾਡੀ ਤਾਰੀਫ ਕਰ ਦੋ ਚਾਏ ਇੱਥੇ ਬੈਠ ਕੇ ਤੁਹਾਡੀ ਕੋਈ ਬੇਇਜ਼ਤੀ ਕਰ ਦੋ ਮਤਲਬ ਚੱਲਣਾ ਪੁੱਠਾ ਜੇ ਕੋਈ ਸਰਕਾਰ ਦੇ ਨਾਂ ਲਾ ਜਵੇ ਤਨਮ ਸਰ ਜੇ ਪਤਾ ਨਹੀਂ ਕਿ ਹੁਣ ਲਾਇਆ ਯਾਰ ਕਿਤੇ ਵਿੱਚੋਂ ਦੀ ਉਹ ਕੰਮ ਨਾ ਕਰੇ ਵੀ ਜਾ ਕੇ ਗੱਲਾਂ ਉਧਰ ਦਸੀ ਦੱਸਦਾ ਫੇਰੀ ਜਾਵੇ ਜੇ ਕੋਈ ਨਾਲ ਨਾ ਵੀ ਆ ਸਾਡੇ ਨਾਲ ਪਤਾ ਨਹੀਂ ਕਿ ਹੋਰੀ ਜਾਂਦਾ ਹਾਲ ਸੜਾ ਉਹੀ ਰਹਿਣਾ ਚਲੋ ਕੋਈ ਗੱਲ ਨਹੀਂ ਅਸੀਂ ਅੱਜ ਦਾ ਪਹਿਲਾ ਰਿਪੋਰਟ ਕਾਰਡ ਸਾਂਝਾ ਕਰੋ ਤੇ ਇਹਨਾਂ ਗੱਲਾਂ ਦੇ ਜਵਾਬ ਮੈਂ ਸ਼ੋਅ ਦੇ ਚੱਲਦੇ ਚੱਲਦੇ ਦੇਵਾਂਗਾ ਠੀਕ ਹੈ ਤੇ ਅੱਜ ਅਸੀਂ ਦੇਖੋ ਖਾਸ بڑے ਮੁੱਦੇ ਮਸਲੇ ਨੇ ਸਾਡੇ ਕੋਲ ਜਿਹਨਾਂ ਤੇ ਅਸੀਂ ਗੱਲਬਾਤ ਕਰਨੀ ਹੈ ਤੇ ਨਾਲ ਦੀ ਨਾਲ ਉਲਟਪੁਲਟ ਮੁੱਦੇ ਮਸਲੇ ਜਿਹੜੇ ਵਿੱਚ ਵਿੱਚ ਸਾਡੇ ਸਮਾਜ ਦੇ ਵਿੱਚ ਵਿਚਰਦੇ ਰਹਿੰਦੇ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਪਾਕਿਸਤਾਨ ਵਾਲੇ ਪਾਸੇ ਦੀ ਅਸੀਂ ਫੜ ਕੇ ਆਏ ਹਾਂ ਪਰ ਸਿਰਫ ਪਾਕਿਸਤਾਨ ਦੀ ਨਹੀਂ ਹੈਗੀ ਉਹ ਇੰਡੀਆ ਦੇ ਨਾਲ ਸੰਬੰਧ ਰੱਖਦੀ ਹੈ ਇਸ ਕਰਕੇ ਸਾਨੂੰ ਗੱਲ ਕਰਨੀ ਪੈ ਰਹੀ ਹੈ ਤੇ ਕੀ ਗੱਲ ਹੈ ਉਹ ਕੀ ਉਲਟਪੁਲਟ ਹੁਣ ਮੁੱਦਾ ਮਸਲਾ ਹੋਇਆ ਇਹਨੂੰ ਲੈ ਕੇ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਜੀ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਹੁਣ ਪੰਜਾਬ ਪੁਲਿਸ ਬਦਨਾਮ ਬਹੁਤ ਹੈ ਪਰ ਵਿੱਚੋਂ ਵਿੱਚੋਂ ਦੀ ਕੋਈ ਕਈ ਪੁਲਿਸ ਵਾਲੇ ਨਾ ਕੰਮ ਇਦਾਂ ਦਾ ਕਰ ਜਾਂਦੇ ਨੇ ਜਿਹੜੇ ਸਾਨੂੰ ਚੁਕਾ ਦਿੰਦੇ ਨੇ ਵੀ ਭਾਈ ਪੰਜਾਬ ਪੁਲਿਸ ਇਦਾਂ ਵੀ ਕਰ ਸਕਦੀ ਹੈ ਹੁਣ ਇਹ ਤਾਂ ਸਾਨੂੰ ਪਤਾ ਵੀ ਪੰਜਾਬ ਪੁਲਿਸ ਐਦਾਂ ਵੀ ਕਰਦੀ ਏ ਓਏ ਛੋਟੂ ਪਰ ਪੰਜਾਬ ਪੁਲਿਸ ਫਿਰ ਸਾਨੂੰ ਜਦ ਚੁਕਾ ਦਿੰਦੀ ਆ ਉਹਦੇ ਬਾਰੇ ਵੀ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਆ ਸੋ ਉਹਨਾਂ ਬਾਰੇ ਵੀ ਗੱਲਬਾਤ ਜ਼ਰੂਰ ਕਰਾਂਗੇ ਉਸ ਤੋਂ ਬਾਅਦ ਸਾਡੀ ਨਾ ਜਿਵੇਂ ਤੁਸੀਂ ਕਿਹਾ ਪੰਜਾਬੀਆਂ ਦੀ ਫਿਤਰਤ ਹੁੰਦੀ ਆ ਇੱਕ ਵੀ ਪੰਜਾਬੀਆਂ ਦੀ ਆਦਤਾਂ ਵੀ ਬੜੀਆਂ ਹੁੰਦੀਆਂ ਨੇ ਸਾਨੂੰ ਆਤ ਹੁੰਦੀ ਵੀ ਅਸੀਂ ਨਾ ਦੁਕਾਨਾਂ ਤੋਂ ਚੀਜ਼ਾਂ ਲੈਣੀ ਬੜੀ ਘੱਟ ਪਸੰਦ ਕਰਦੇ ਆ ਤੇ ਸਾਨੂੰ ਇਹ ਸ਼ੌਂਕ ਹੁੰਦਾ ਵੀ ਅਸੀਂ ਆਪ ਆਪਣੇ ਘਰੇ ਕੁਝ ਉਗਾ ਲਈਏ ਹਨਾ ਉਹ ਅਸੀਂ ਜਿਹੜੀ ਮਤਲਬ ਨੇਚਰਲ ਚੀਜ਼ਾਂ ਨੇ ਜਾਂ ਆਰਗੇਨਿਕ ਚੀਜ਼ਾਂ ਨੇ ਉਹ ਅਸੀਂ ਯੂਜ਼ ਕਰੀਏ ਤੇ ਹੁਣ ਯੂਪੀ ਵਾਲੇ ਪਾਸਿਓਂ ਦੀ ਕੁਝ ਐਦਾਂ ਦੀ ਖਬਰ ਆਈ ਹੈ ਪੰਜਾਬੀ ਬੇਸ਼ੱਕ ਨਹੀਂ ਨੇ ਪਰ ਪੰਜਾਬੀ ਵਾਲੀ ਆਤਮ ਮੇਰੇ ਖਿਆਲ ਨਾਲ ਉਹ ਚ ਬੜਗੀਆਂ ਹੋਣੀਆਂ ਉਹਨਾਂ ਨੇ ਸੋਚਿਆ ਉਹਨੇ ਕਿਉਂ ਨਾ ਆਰਗੇਨਿਕ ਕੁਝ ਖਾਇਆ ਜਾਵੇ ਤੇ ਕੀ ਖਾਇਆ ਉਹਨਾਂ ਨੇ ਤੇ ਉਸ ਤੋਂ ਬਾਅਦ ਕੀ ਕੁਝ ਹੋਇਆ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਨੀ ਹੈ ਦੇਖੋ ਜੀ ਮੋਦੀ ਸਾਹਿਬ ਬਾਰੇ ਅਸੀਂ ਗੱਲਬਾਤ ਨਾ ਕਰੀਏ ਜਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲਬਾਤ ਨਾ ਕਰੀਏ ਇਹ ਹੋ ਤੋਂ ਤੁਹਾਨੂੰ ਦੱਸਾਂਗੇ ਕਿ ਇਹ ਪੂਰਾ ਮੁੱਦਾ ਮਸਲਾ ਤੇ ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਸੰਗਰਾਹੂਰ ਦੇ ਕੋਲ ਉਹਨਾਂ ਕੋਲ ਜਾਣਾਗੇ ਵੀ ਅੱਜ ਅਸੀਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਸੰਗਰਾਹੂਰ ਉਸ ਤੋਂ ਬਾਅਦ ਸੰਗਰਾਹੂਰ ਜਾਣਗੇ ਪਾਕਿਸਤਾਨ ਸੰਗਰਾਹ ਰੰਦੋ ਰੰਦੋ ਆਵੇ ਮੈਂ ਕਰੋ ਸਾਬ ਮੈਂ ਤਾਂ ਦੱਸਿਆ ਵੀ ਮੈਂ ਸਭ ਤੋਂ ਪਹਿਲਾਂ ਗੱਲਬਾਤ ਪਾਕਿਸਤਾਨ ਦੇ ਨਾਲ ਤਾਂ ਐ ਬੋਲੋ ਨਾ ਕਿ ਮੈਂ ਮੈਂਟਲੀ ਉੱਥੇ ਜਾਊਂਗਾ ਫਿਜ਼ੀਕਲੀ ਨਹੀਂ ਜਾਊਂਗਾ ਹਾਂ ਮੈਂ ਦੇਖੋ ਮੇਰਾ ਕਹਿਣ ਦਾ ਮਤਲਬ ਇਹੀ ਸੀਗਾ ਅੱਜ ਕੱਲ ਪਤਾ ਕੋਈ ਨਹੀਂ ਉਹਨਾਂ ਦਾ ਧਮਕੀ ਧਮਕੀ ਬੜੀਆਂ ਨੰਦਦੇ ਨੇ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਕਹਿਣਾ ਕਿ ਇਸ ਤਰੀਕੇ ਦੇ ਜਦੋਂ ਬੀਅ ਦੇਸ਼ ਤਰੋਹੀ ਆ ਇਹ ਇਹ ਕਰਦਾ ਇਹ ਉਹ ਕਰਦਾ ਇਹ ਸਗੋਂ ਇੱਕ ਬਹੁਤ ਵੱਡੇ ਟੈਗ ਹੁੰਦੇ ਆ ਮੈਂ ਕਿਸੇ ਸਿਆਣੇ ਬੰਦੇ ਤੋਂ ਇਹ ਗੱਲ ਸੁਣੀ ਸੀ ਅੱਛਾ ਵੀ ਭਾਈ ਜਦੋਂ ਵੱਡਾ ਟੈਗ ਲੱਗ ਜਾਂਦਾ ਨਾ ਤੁਹਾਡੀ ਚੜ੍ਹਾਈ ਹੋ ਜਾਂਦੀ ਆ ਓਹੋ ਹਾਂ ਤੁਹਾਡੀ ਬਹੁਤ ਚੜ੍ਹਾਈ ਹੋ ਜਾਂਦੀ ਆ ਮਤਲਬ ਚੜ੍ਹਾਈ ਹੋਣੀ ਚਾਹੀਦੀ ਚਾ ਨੈਗੇਟਿਵ ਹੋਵੇ ਚਾ ਪੋਜ਼ਿਟਿਵ ਹੋਵੇ ਹਾਂ ਬਸ ਚਲੋ ਕਿਸੇ ਬਹਾਨੇ ਤਾਂ ਸਾਨੂੰ ਚੇਤੇ ਕਰਦੀ ਐ ਚਲੋ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਪਾਕਿਸਤਾਨ ਦੇ ਮੁੱਦੇ ਦੀ ਸਭ ਤੋਂ ਪਹਿਲਾਂ ਜਿਸ ਦੇ ਜਿਸ ਤਰੀਕੇ ਦੇ ਨਾਲ ਕੋੜਾ ਸਾਹਮਣੇ ਕਿਹਾ ਸੀ ਕਿ ਅਸੀਂ ਪਾਕਿਸਤਾਨ ਤੇ ਭਾਰਤ ਨਾਲ ਜੁੜੀ ਹੋਈ ਗੱਲ ਹੈ ਇਸ ਕਰਕੇ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਾਕਿਸਤਾਨ ਦੀ ਇੱਕ ਸਾਈਬਾ ਸਾਈਬਾ ਕਿਆ ਬੋਲਦੇ ਨੇ ਹੋ ਬੇਗਮ ਅੱਛਾ ਬੇਗਮ ਸਾਈਬਾ ਤੇ ਸਾਡੇ ਵਾਲੇ ਪਾਸੇ ਦਾ ਦੂਲੇ ਰਾਜਾ ਆਪਸ ਦੇ ਵਿੱਚ ਅੱਖ ਮਟਕਾ ਹੋਇਆ ਜੀ ਉਹਨਾਂ ਦਾ ਔਰ ਅੱਖ ਮਟਕਾ ਇਸ ਵੇਲੇ ਉਹਨਾਂ ਦੇ ਵਾਸਤੇ ਇਸ ਪਿਆਰ ਨੂੰ ਪੂਰ ਚੜਾਉਣ ਦੇ ਵਾਸਤੇ ਉਹਨਾਂ ਦਾ ਤਾਣ ਲੱਗਿਆ ਹੋਇਆ ਅੱਛਾ ਕਹਿੰਦੇ ਜੀ 5 ਸਾਲ ਹੋ ਗਏ 5 ਸਾਲ ਹੋ ਗਏ ਉਹਨਾਂ ਦਾ ਆਪਸ ਦੇ ਵਿੱਚ ਜਾਨੀ ਪ੍ਰੇਮ ਸਬੰਧ ਚੱਲਦਿਆਂ ਨੂੰ ਅੱਛਾ ਫੋਨ ਤੇ ਉਹਨਾਂ ਦੀ ਗੱਲ ਹੁੰਦੀ ਸੀ ਹਮ ਚੈਟ ਹੁੰਦੀ ਸੀ ਹਮ ਚੈਟ ਤੋਂ ਫਿਰ ਵੀਡੀਓ ਕਾਲ ਤੇ ਆਏ ਨੇ ਤੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਤੇ ਕਹਿੰਦੇ ਜੀ ਹੁਣ ਅਸੀਂ ਜਿਹੜੀ ਜ਼ਿੰਦਗੀ ਆ ਉਹ ਅਸੀਂ ਇਕੱਠਿਆਂ ਬਤੀਤ ਕਰਨੀ ਹੈ ਪਰ ਇੱਕ ਪੰਗਾ ਪੈ ਗਿਆ ਓਕੇ ਪੰਗਾ ਇਹ ਪੈ ਗਿਆ ਕਿ ਉਸ ਤੋਂ ਬਾਅਦ ਲੱਗ ਗਿਆ ਲੋਕਡਾਊਨ ਹਮ ਕਰਫਿਊ ਲੱਗ ਗਿਆ ਹਮ ਕਰੋਨਾ ਨੇ ਸਾਰਾ ਕੰਮ ਜਿਹੜਾ ਉਹ ਠੱਪ ਕਰਤਾ ਹੁਣ ਵੀਜ਼ੇ ਮਿਲਣੇ ਬੰਦ ਹੋ ਗਏ ਹਮ ਉਹਨਾਂ ਨੇ ਆਪਦੀ ਰਿਸ਼ਤੇਦਾਰੀ ਦੇ ਵਿੱਚੋਂ ਉਹਨਾਂ ਨੇ ਸਾਰਾ ਕੁਝ ਕੀਤਾ ਉਹ ਸਗਾਈ ਵੀ ਹੋਈ ਸਗਾਈ ਦੇ ਵਾਸਤੇ ਸਮਾਨ ਵੀ ਉਧਰ ਭੇਜਿਆ ਮੁੰਡੇ ਵਾਲਿਆਂ ਨੇ ਮੁੰਡੇ ਵਾਲਾ ਪਰਿਵਾਰ ਆ ਜਿਹੜਾ ਭਾਈ ਸਾਡੇ ਜਲੰਧਰ ਦਾ ਹੈ ਤੇ ਉਧਰੋਂ ਕੁੜੀ ਦਾ ਪਰਿਵਾਰ ਆ ਜਿਹੜਾ ਉਹ ਪਾਕਿਸਤਾਨ ਦੇ ਨਾਲ ਸੰਬੰਧ ਰੱਖਦਾ ਹੈ ਤੇ ਉਹ ਕਹਿੰਦੇ ਜੀ ਅਸੀਂ ਸਗਾਈ ਵੀ ਕੀਤੀ ਹੈ ਸਗਾਈ ਦਾ ਸਮਾਨ ਆ ਜਿਹੜਾ ਅਸੀਂ ਕੋਰੀਅਰ ਕਰਤਾ ਸੀ ਸਾਰਾ ਕੁਝ ਭੇਜਤਾ ਉਸ ਤੋਂ ਬਾਅਦ ਅਸੀਂ ਇੱਕ ਦੂਜੇ ਨੂੰ ਵੀਡੀਓ ਕਾਲ ਕਰ ਲਈ ਉਹ ਉਧਰੋਂ ਆਪਣੀਆਂ ਰਸਮਾਂ ਕਰੀਗੇ ਇੱਧਰੋਂ ਅਸੀਂ ਕਰੀਗੇ ਸਗਾਈ ਹੋ ਗਈ ਮੰਨ ਲਈ ਜਣੀ ਇਹ ਤਾਂ ਚੀਜ਼ਾਂ ਚਲੋ ਮੰਨਣ ਦੀਆਂ ਹੁੰਦੀਆਂ ਨੇ ਕਿ ਹਾਂ ਭਾਈ ਸਾਡਾ ਜਿਹੜਾ ਪੱਕ ਠੱਕ ਹੋ ਗਿਆ ਮਾਮਲਾ ਹੁਣ ਜਿਹੜੀ ਅਗਲੀ ਗੱਲ ਮੈਂ ਕਰਨੀ ਆ ਉਹ ਇਹ ਹੈ ਕਿ ਭਾਈ ਸਾਡੇ ਵਿੱਚ ਅਸੀਂ ਬਹੁਤ ਵਾਰੀ ਗੱਲ ਕਰਦੇ ਹੁੰਦੇ ਹੁਣ ਕਿ ਜਿਹੜੇ ਰਿਸ਼ਤੇ ਨਾਤੇ ਹੁੰਦੇ ਆ ਇਹਨਾਂ ਨੂੰ ਅਸੀਂ ਬੜੀ ਪਰਪੱਕਤਾ ਦੇ ਨਾਲ ਲੈਣੇ ਹੁੰਦੇ ਆ ਹਾਲਾਂਕਿ ਹੁਣ ਤਾਂ ਕਾਹਨ ਹੋਣ ਲੱਗ ਗਿਆ ਬਹੁਤ ਸਾਰੇ ਰਿਸ਼ਤੇ ਆ ਜਿਹੜੇ ਆਪਦੇ ਰਿਸ਼ਤਿਆਂ ਦੇ ਵਿੱਚ ਹੀ ਕਹਿ ਲੋ ਕਿ ਹੁਣ ਤਾਂ ਦਰਾਰਾਂ ਪੈ ਗਈਆਂ ਖੂਨ ਚਿੱਟੇ ਹੋ ਗਏ ਪਰ ਇਹ ਮਾਮਲਾ ਹੁਣ ਰਿਸ਼ਤੇਦਾਰੀ ਨਾਲ ਜੁੜਿਆ ਹੋਇਆ ਉਹ ਰਿਸ਼ਤੇਦਾਰੀ ਦੇ ਵਿੱਚ ਦਰਸਾਲ ਜੇ ਆਪਾਂ ਸੋਚ ਕੇ ਚੱਲੀਏ ਤਾਂ ਭੈਣ ਭਰਾ ਨੇ ਉਹ ਅੱਛਾ ਉਹ ਕੁੜੀ ਤੇ ਉਹ ਮੁੰਡਾ ਅੱਛਾ ਜੀ ਉਹਦੇ ਬਾਪ ਦਾ ਮੁੰਡੇ ਦੇ ਬਾਪ ਦੀ ਰਿਸ਼ਤੇਦਾਰੀ ਪਾਕਿਸਤਾਨ ਦੇ ਵਿੱਚ 1947 ਦੇ ਵਿੱਚ ਜਦੋਂ ਇਹ ਵਟਵਾਰਾ ਹੁੰਦਾ ਤਾਂ ਕੁਝ ਰਿਸ਼ਤੇਦਾਰ ਉਧਰ ਚਲੇ ਜਾਂਦੇ ਨੇ ਬਹੁਤ ਸਾਰੇ ਪਰਿਵਾਰ ਹੈਗੇ ਆ ਜਿਨ੍ਹਾਂ ਦੇ ਰਿਸ਼ਤੇਦਾਰ ਪਾਕਿਸਤਾਨ ਦੇ ਵਿੱਚ ਸੀ ਹੂੰ ਤੇ ਉਹਨਾਂ ਦਾ ਵੀ ਕੋਈ ਰਿਸ਼ਤੇਦਾਰ ਉਧਰ ਨਹੀਂ 마ਸੀ ਚਲੀ ਜਾਂਦੀ ਹੈ ਅੱਛਾ ਜੀ ਪਾਕਿਸਤਾਨ ਦੇ ਵਿੱਚ ਹੁਣ ਉਹ ਰਿਸ਼ਤੇਦਾਰੀਆਂ ਦੇ ਵਿੱਚ ਗੱਲਬਾਤ ਕਰਦੇ ਸੀ ਵਿਚਾਰੇ ਆਪਸ ਵਿੱਚ ਫੋਨ ਕਰਦੇ ਸੀ ਇੱਕ ਦੂਜੇ ਦਾ ਖੈਰ ਪੁੱਛਦੇ ਸੀ ਕਿ ਭਾਈ ਕਿਵੇਂ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਦੀ ਵੀ ਆਪਸ ਵਿੱਚ ਗੱਲਬਾਤ ਹੋਣ ਲੱਗ ਗਈ ਤਾਂ ਉਹ 마ਸੀ ਜਿਹੜਾ ਬੇਟਾ ਉਹਦੇ ਬਾਪ ਦੀ 마ਸੀ ਹੈ ਗਾਂ 마ਸੀ ਦਾ ਬੇਟਾ ਗਾਂ ਬੇਟੇ ਦੀ ਬੇਟੀ ਦੇਖੋ ਇੱਕ ਤਾਂ ਸਾਡੇ ਮਤਲਬ ਪੰਜਾਬ ਦੇ ਵਿੱਚ ਜੇ ਅਸੀਂ ਲਾ ਲਈਏ ਸਾਡੇ ਰਿਸ਼ਤੇਦਾਰੀਆਂ ਹੀ ਇੰਨੀਆਂ ਹੁੰਦੀਆਂ ਨੇ ਦੇਖੋ ਪਹਿਲੇ ਪਹਿਲੇ ਟਾਈਮ ਦੇ ਵਿੱਚ ਹੁੰਦਾ ਵੀ ਸੀਗਾ ਵੀ ਇੱਕ ਪਿੰਡ ਦੇ ਵਿੱਚ ਹੀ ਮਤਲਬ ਵਿਆਹ ਨਹੀਂ ਹੁੰਦਾ ਸੀਗਾ ਦੂਸਰੇ ਪਿੰਡ ਦਾ ਹੋਣਾ ਚਾਹੀਦਾ ਇਹ ਚੀਜ਼ ਜ਼ਰੂਰੀ ਹੁੰਦੀ ਸੀਗੀ ਹਨਾ ਕਿ ਆਪਸ ਚ ਪਿੰਡ ਦੇ ਜਿਹੜੇ ਭੈਣ ਭਰਾ ਹੀ ਮੰਨੇ ਜਾਂਦੇ ਸੀਗੇ ਛੋਟੇ ਹੁੰਦੇ ਖੇਡਦੇ ਸੀਗੇ ਹੋਰ ਕਰਦੇ ਸੀ ਫਰਾਂਟ ਟਿਮਕਾਣਾ ਜੋ ਵੀ ਹੁੰਦਾ ਸੀਗਾ ਉਦੋਂ ਇਹੀ ਕਿਹਾ ਜਾਂਦਾ ਸੀਗਾ ਵੀ ਦੂਰ ਦਾ ਕੋਈ ਹੋਣਾ ਚਾਹੀਦਾ ਹਨਾ ਰਿਸ਼ਤਾ ਦੂਰ ਦਾ ਲੱਭਦੇ ਹੁੰਦੇ ਸੀਗੇ ਕਿ ਤੇ ਭੈਣ ਭਰਾ ਨਿਕਲ ਆਵੇ ਪਰ ਅੱਜ ਕੱਲ ਤਾਂ ਇਹ ਨਹੀਂ ਪਤਾ ਹੁੰਦਾ ਵੀ ਸਾਹਮਣੇ ਵਾਲੇ ਘਰ ਦੇ ਵਿੱਚ ਰ ਵਿੱਚ ਤੇ ਆਪਣੇ ਵੀ ਇੱਧਰ ਹੁਣ ਤਾਂ ਇਉਂ ਹੀ ਹੋ ਗਿਆ ਵੀ ਭਾਈ ਕੋਈ ਗੱਲ ਨਹੀਂ ਮੁੰਡਾ ਕੁੜੀ ਰਾਜੀ ਹੋਣੇ ਚਾਹੀਦੇ ਆ ਭਾਵੇਂ ਰਿਸ਼ਤਾ ਕੋਈ ਵੀ ਬਣਦਾ ਹੋਵੇ ਅੱਛਾ ਹੁਣ ਮੇਨ ਮੇਨ ਚੀਜ਼ ਇਹੋ ਹੀ ਆ ਗਈ ਜਿਹੜਾ ਹੁਣ ਮਾਸੀ ਨਾਲ ਜੁੜਦਾ ਹੋਇਆ ਰਿਸ਼ਤਾ ਹੈ ਉਹ ਤਾਂ ਭਾਈ ਉਹਨਾਂ ਦੇ ਬੇਟੇ ਆ ਜਿਹੜੇ ਉਹ ਮਤਲਬ ਸਾਡੇ ਭਰਾ ਹੋਗੇ ਤੇ ਜਿਹੜੀਆਂ ਉਹਨਾਂ ਦੀਆਂ ਕੁੜੀਆਂ ਹੈਗੀਆਂ ਉਹ ਸਾਡੀਆਂ ਭੈਣਾਂ ਹੋਗੀਆਂ ਤੇ ਉਹਨਾਂ ਨੂੰ ਆਪਸ ਦੇ ਵਿੱਚ ਉਹਨਾਂ ਦਾ ਅੱਖ ਮਟਕਾ ਹੋ ਗਿਆ ਹੁਣ ਪਰਿਵਾਰਾਂ ਨੂੰ ਕੋਈ ਇਤਰਾਜ਼ ਨਹੀਂ ਉਹ ਕਹਿੰਦੇ ਭਾਈ ਜਿਹੜੇ ਬੱਚੇ ਨੇ ਉਹ ਖੁਸ਼ ਨੇ ਤਾਂ ਅਸੀਂ ਸੋਚਿਆ ਵੀ ਕਿਉਂ ਨਾ ਇਹਨਾਂ ਦਾ ਹੁਣ ਵਿਆਹ ਕਰਵਾਈ ਦੇਈਏ ਫਿਰ ਅੱਛਾ ਮਤਲਬ ਹੈਰਾਨੀ ਦੀ ਗੱਲ ਇਹ ਨਹੀਂ ਸਭ ਤੋਂ ਵੱਡੀ ਦੀ ਹੈਰਾਨੀ ਦੀ ਗੱਲ ਹੈ ਜਿਹੜੀ ਉਹ ਇਹ ਹੈ ਕਿ ਦੋਵਾਂ ਭੈਣ ਭਰਾ ਵੀ ਆਪਸ ਦੇ ਵਿੱਚ ਵਿਆਹ ਕਰਵਾਉਣ ਲੱਗੇ ਨੇ ਹੈਰਾਨੀ ਇਸ ਗੱਲ ਦੀ ਨਹੀਂ ਬਣਦੀ ਕਿ ਭਾਰਤ ਤੇ ਪਾਕਿਸਤਾਨ ਦੇ ਆਪਸ ਦੇ ਸਬੰਧਾਂ ਦੇ ਵਿੱਚ ਇਹ ਕੁਝ ਹੋ ਰਿਹਾ ਕਿਉਂਕਿ ਇਹਦੋਂ ਪਹਿਲਾਂ ਵੀ ਬਹੁਤ ਕੁਝ ਹੁੰਦਾ ਰਿਹਾ ਸਾਨੀਆ ਮਿਰਜ਼ਾ ਨੇ ਵਿਆਹ ਕਰਵਾਇਆ ਉਧਰ ਪਾਕਿਸਤਾਨ ਦੇ ਇਹ ਕੁੜੀਆਂ ਇੱਧਰ ਵਿਆਹ ਕਰਵਾ ਲੈਂਦੀਆਂ ਤੇ ਇੱਧਰ ਦੀਆਂ ਕੁੜੀਆਂ ਉੱਧਰ ਕਰਵਾ ਲੈਂਦੀਆਂ ਕੋਈ ਵੱਡੀ ਗੱਲ ਨਹੀਂ ਨਹੀਂ ਜਿਸ ਹਿਸਾਬ ਨਾਲ ਤੁਸੀਂ ਦੱਸਣਾ ਸ਼ੁਰੂ ਕੀਤਾ ਸੀ ਨਾ ਵੈਸੇ ਜਿਸ ਹਿਸਾਬ ਨਾਲ ਤੁਸੀਂ ਮਾਹੌਲ ਜਿਹਾ ਬਣਾਇਆ ਸੀਗਾ ਗੱਲ ਦਾ ਮੈਨੂੰ ਤਾਂ ਐ ਸੀਗਾ ਤੁਸੀਂ ਗੱਲ ਕਹੋਗੇ ਵੀ ਸਰਕਾਰਾਂ ਤੇ ਆ ਕੇ ਗੱਲ ਟਿਕੀ ਪਈ ਹੈ ਵੀ ਸਰਕਾਰਾਂ ਵਿੱਚ ਰੋੜਾ ਬਣਦੀ ਜਾਂਦਾ ਨਹੀਂ ਕਿ ਉਧਰੋਂ ਪਾਕਿਸਤਾਨ ਦੀ ਸਰਕਾਰ ਇੱਧਰੋਂ ਦੀ ਭਾਰਤ ਦੀ ਸਰਕਾਰ ਬਣਦੀ ਦੋਨਾਂ ਦੀ ਆਪਸ ਚ ਨਹੀਂ ਦੇਸ਼ ਦੀ ਆਪਸ ਚ ਨਹੀਂ ਬਣਦੀ ਵੀ ਇਹਦਾ ਨਿਕਾਹ ਮਤਲਬ ਕਿਦਾਂ ਨਹੀਂ ਨਹੀਂ ਨਿਕਾਹ ਤੇ ਸਰਕਾਰਾਂ ਕੋਈ ਰੋਕ ਨਹੀਂ ਲਾਉਂਦੀਆਂ ਸਰਕਾਰਾਂ ਕਹਿੰਦੀਆਂ ਕੋਈ ਗੱਲ ਨਹੀਂ ਪਾਈ ਤੁਹਾਡੀ ਆਪਸ ਦੀ ਖੁਸ਼ੀ ਮੋਦੀ ਸਾਹਿਬ ਨੂੰ ਦਰਖਾਸਤ ਕਰਦੀਆਂ ਅਪੀਲ ਕਰਦੀਆਂ ਕਿ ਭਾਈ ਸਾਨੂੰ ਵੀਜ਼ਾ ਦਿਓ ਤਾਂ ਕਿ ਅਸੀਂ ਬੱਚਿਆਂ ਦਾ ਵਿਆਹ ਕਰਵਾ ਸਕੀਏ ਹੁਣ ਉਹ ਦੋਵਾਂ ਧਿਰਾਂ ਤੋਂ ਮਤਲਬ ਅਪੀਲਾਂ ਜਿਹੜੀਆਂ ਮੋਦੀ ਸਾਹਿਬ ਤੱਕ ਜਾ ਰਹੀਆਂ ਨਹੀਂ ਹੁਣ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਆਹ ਜਿਹੜੀ ਲਵ ਮੈਰਿਜ ਆ ਜਿਹੜੀਆਂ ਹੁੰਦੀਆਂ ਨੇ ਨਾ ਹੋਣੀਆਂ ਮੇਨਾਂ ਦਾ ਹੌਲੀ ਹੌਲੀ ਬੰਦ ਹੋ ਜਾਣਗੀਆਂ ਘਟ ਹੋ ਜਾਣੀਆਂ ਕਿ ਪਤਾ ਹੀ ਨਹੀਂ ਲੱਗਣਾ ਕਿਉਂਕਿ ਸਾਹਮਣੇ ਵਾਲੀ ਭੈਣ ਲੱਗਦੀ ਹੈ ਕਿ ਭਰਾ ਲੱਗਦਾ ਹੈ ਹਾਂ ਬਿਲਕੁਲ ਇਹ ਮੇਰੇ ਨਾਲ ਇੱਕ ਹੋਰ ਜਿਹੜੀ ਦਿਮਾਗ ਦੇ ਵਿੱਚ ਕੁਝ ਗੱਲਾਂ ਇਹਦੇ ਨਾਲ ਜੁੜੀ ਆ ਰਹੀ ਹੈ ਖੈਰ ਰਿਸ਼ਤਿਆਂ ਦੀ ਗੱਲ ਦੇ ਵਿੱਚ ਜਦੋਂ ਹੋਏ ਨਾ ਮੈਂ ਗੱਲਾਂ ਥੋੜੀਆਂ ਭਾਵਕ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਾਂ ਈਮੋਸ਼ਨਲ ਕਿਸਮ ਦੇ ਇਨਸਾਨ ਹਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਭ ਤੋਂ ਪਵਿੱਤਰ ਰਿਸ਼ਤਾ ਆਪਾਂ ਇਹ ਮੰਨਦੇ ਹੁੰਨੇ ਆ ਕਿ ਮਾਂ ਬਾਪ ਪਿਤਾ ਤੇ ਧੀ ਦਾ ਰਿਸ਼ਤਾ ਜਿਹੜਾ ਹੁੰਦਾ ਨਾ ਉਹ ਬੜਾ ਹੀ ਇੱਕ ਨਾਜ਼ੁਕ ਜਿਹਾ ਰਿਸ਼ਤਾ ਹੁੰਦਾ ਹੈ ਬਾਪ ਦਾ ਧੀ ਦੇ ਨਾਲ ਜਾਨੀ ਇਸ ਤਰੀਕੇ ਦਾ ਲਗਾਓ ਹੁੰਦਾ ਹੈ ਵੀ ਉਹ ਪੁੱਤਰ ਨੂੰ ਕਿਸੇ ਵੇਲੇ ਝਟ ਝੜਕ ਦਿੰਦਾ ਆਪਦੇ ਪੁੱਤ ਨੂੰ ਝੜਕਾਂ ਵੀ ਮਾਰ ਦਿੰਦਾ ਉਹਦੇ ਕਿਤੇ ਨਾ ਕਿਤੇ ਥੱਪੜ ਵੀ ਵੱਜ ਜਾਂਦਾ ਹੁੰਦਾ ਪਰ ਧੀ ਨੂੰ ਕਦੇ ਵੀ ਬਾਪ ਅਜਿਹਾ ਨਹੀਂ ਕਰਦਾ ਹੁੰਦਾ ਕਿਉਂਕਿ ਉਹਦੇ ਨਾਲ ਪਿਆਰ ਥੋੜਾ ਜ਼ਿਆਦਾ ਹੁੰਦਾ ਹੈ ਕਿਉਂਕਿ ਕੋਸ਼ਿਸ਼ ਹੁੰਦੀ ਹੈ ਇੱਕ ਬਾਪ ਦੀ ਆਪਣੀ ਧੀ ਵਾਸਤੇ ਕਿ ਇਹ ਮਤਲਬ ਕਹਿ ਦਿੰਦੇ ਨਹੀਂ ਉਹ ਪਰਾਇਆ ਧੰਨ ਹੈ ਵੀ ਬੋਨੇ ਚਲੇ ਹੀ ਜਾਣਾ ਤਾਂ ਅੱਗੇ ਪਤਾ ਨਹੀਂ ਘਰ ਕਿਦਾਂ ਦਾ ਮਿਲਣਾ ਕਿਦਾਂ ਦਾ ਨਹੀਂ ਇੱਥੇ ਅਸੀਂ ਉਹਨੂੰ ਕਿਸੇ ਵੀ ਤਰੀਕੇ ਦੀ ਕਮੀ ਨਾ ਆਣ ਦੇਈ ਇੱਕ ਬਾਪ ਦੀ ਮਨਸ਼ਾਏ ਹਮੇਸ਼ਾ ਰਹਿੰਦੀ ਹੈ ਬਿਲਕੁਲ ਤੇ ਮੈਂ ਮੈਂ ਨਹੀਂ ਸਾਰੇ ਲੋਕ ਇਹ ਗੱਲ ਮੰਨਦੇ ਨੇ ਕਿ ਸਾਡੇ 90% ਦੀ ਲੋਕ ਨੇ ਜਿਹੜੇ ਉਹਨਾਂ ਦਾ ਆਮੀਆਂ ਧੀਆਂ ਦੇ ਨਾਲ ਇਦਾਂ ਦਾ ਹੀ ਵਿਹੇਵਾ 10% ਦੀ ਲੋਕ ਨੇ ਜਿਹੜੇ ਉਹ ਬਹੁਤ ਘਟੀਆ ਤਰੀਕੇ ਦੀਆਂ ਹਰਕਤਾਂ ਕਰਤੂਤਾਂ ਕਰ ਦਿੰਦੇ ਆ ਚਾਹੇ ਉਹ ਬਾਪ ਹੋਵੇ ਜਾਂ ਧੀ ਹੋਵੇ ਉਹਨਾਂ ਦਾ 10% ਦੀ ਲੋਕਾਂ ਦੇ ਵਿੱਚੋਂ ਹੀ ਇੱਕ ਕਿੱਸਾ ਸਾਂਝਾ ਕਰਨ ਲੱਗਾ ਤਰਨਤਾਰਨ ਤੋਂ ਅੱਛਾ ਜੀ ਤਰਨਤਾਰਨ ਦੇ ਬਲਟੋਹਾ ਦਾ ਇੱਕ ਕਿੱਸਾ ਜਿੱਥੋਂ ਦੀ ਇੱਕ ਕਲਯੁਗੀ ਧੀ ਨੇ ਆਪਣੇ ਬਾਪ ਨੂੰ ਆਪਣੇ ਪ੍ਰੇਮੀ ਨਾਲ ਮਿਲ ਕੇ ਉਹਦਾ ਕਤਲ ਕਰਵਾਤਾ ਅੱਛਾ ਜੀ ਨਾਲ ਉਹ ਧੀ ਦੀ ਮਾਂ ਵੀ ਉਹਦੇ ਨਾਲ ਰਲ ਹੀ ਹੋਲੀ ਵੀ ਭਾਈ ਆਪਾਂ ਇਹਦਾ ਕਤਲ ਕਰਵਾ ਦਿੰਨੇ ਕਿਉਂਕਿ ਤੇਰੇ ਪ੍ਰੇਮ ਸਬੰਧਾਂ ਦੇ ਵਿੱਚ ਇਹ ਰੋੜਾ ਬਣਦਾ ਹੁਣ ਹੈਰਾਨੀ ਇਸ ਗੱਲ ਦੀ ਨਹੀਂ ਹੈਗੀ ਕਿ ਕਿਸੇ ਦਾ ਕਤਲ ਹੋ ਗਿਆ ਕਤਲ ਬਹੁਤ ਹੁੰਦੇ ਨੇ ਰੋਜ਼ ਆਪਾਂ ਖਬਰਾਂ ਪੜ੍ਹਦੇ ਸੁਣਦੇ ਆ ਬੜੇ ਕਿਸੇ ਸੁਣਦੇ ਆ ਕਤਲ ਹੋ ਗਿਆ ਪਰ ਇੱਥੇ ਜਿਹੜਾ ਕਤਲ ਹੋਇਆ ਇੱਕ ਧੀ ਨੇ ਆਪਣੇ ਬਾਪ ਦਾ ਕਰਵਾਇਆ ਰਿਸ਼ਤੇ ਦਾ ਕਤਲ ਹੋਇਆ ਹੈ ਜਿਹੜਾ ਬਾ ਜਿਹੜੇ ਬਾਪ ਨੇ ਤੁਹਾਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਜਿਨੇ ਤੁਹਾਨੂੰ ਚੰਗੇ ਮਾੜੇ ਦਾ ਫਰਕ ਸਮਝਾਇਆ ਜਿਨੇ ਤੁਹਾਨੂੰ ਖਵਾ ਪਿਆ ਕੇ ਕਿੰਨੀਆਂ ਤੰਗੀਆਂ ਤੁਰਸ਼ੀਆਂ ਝੇਲ ਕੇ ਤੁਹਾਨੂੰ ਅੱਜ ਇਸ ਕਾਬਲ ਕੀਤਾ ਕਿ ਤੁਸੀਂ ਆਪ ਦਾ ਆਪ ਸੋਚ ਸਕਦੇ ਹੋ ਤੁਸੀਂ ਆਪ ਦਾ ਚੰਗਾ ਬੁਰਾ ਆਪ ਸੋਚ ਸਕਦੇ ਹੋ ਜ਼ਿੰਦਗੀ ਦਿਖਾਤੀ ਤੁਹਾਨੂੰ ਤੇ ਅੱਜ ਉਹੀ ਤੁਹਾਨੂੰ ਬੁਰਾ ਲੱਗਣਾ ਸ਼ੁਰੂ ਹੋ ਗਿਆ ਉਸੇ ਦਾ ਹੀ ਤੁਸੀਂ ਕਤਲ ਕਰਵਾ ਦਿਓਗੇ ਮਤਲਬ ਸਮਾਜ ਦਾ ਆਪਾਂ ਤਾਂ ਕਹਿੰਦੇ ਨਿਗਾਰਵਾਲ ਜਾਂਦਾ ਪਰ ਇੱਥੇ ਮਿਲਦਾ ਨਿਗਾਰਵਾਲ ਜਾਣ ਦਾ ਅੰਤ ਹੋ ਗਿਆ ਇੱਥੇ ਹੁਣ ਆਪਾਂ ਕੋਈ ਵੀ ਇੱਥੇ ਮਹਿਫੂਜ਼ ਮਹਿਸੂਸ ਨਹੀਂ ਕਰ ਸਕਦਾ ਕਿ ਸਾਡੇ ਆਪ ਦੇ ਰਿਸ਼ਤੇ ਇਹ ਸਿਰਫ ਤੇ ਸਿਰਫ ਘਰ ਦੀ ਚਾਰਦੁਆਰੀ ਦੇ ਅੰਦਰ ਅੰਦਰ ਦੇ ਰਿਸ਼ਤੇ ਰਹਿਗੇ ਬਾਹਰ ਨਿਕਲੋਂਗੇ ਭਾਰਤਾਂ 'ਤੇ ਐਸੀ ਅੱਗ ਮਚਦੀ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਇੱਕ ਪੈਰ ਨੂੰ ਆਪਦੇ ਨੂੰ ਕਿੰਨੇਕ ਬੋਚ ਕੇ ਚੱਲਣਾ ਤੇ ਉਹ ਸੱਗ ਤੋਂ ਬਚ ਕੇ ਨਿਕਲਣਾ ਬਿਲਕੁਲ ਦੇਖੋ ਇੱਥੇ ਅਸੀਂ ਜਿਹੜੇ ਮੁੱਦੇ ਮਸਲੇ ਜਿਹੜੇ ਕਿਸੇ ਸਾਡੇ ਸਾਹਮਣੇ ਆ ਜਾਂਦੇ ਨੇ ਹਨਾ ਅਸੀਂ ਕਚਾਏ ਅਸੀਂ ਅਖਬਾਰਾਂ 'ਚ ਪੜ੍ਹ ਲੈਣੇ ਆ ਚਾਹੇ ਸੋਸ਼ਲ ਮੀਡੀਆ 'ਤੇ ਪੜ੍ਹ ਲੈਣੇ ਆ ਚਾਹੇ ਟੀਵੀ ਦੇਖ ਲਿਆ ਮਤਲਬ ਜਿਹੜੇ ਮੁੱਦੇ ਮਸਲੇ ਜਾਂ ਜਿਹੜੇ ਇਹੋ ਜਿਹੇ ਮਤਲਬ ਕੇਸ ਜਿਹੜੇ ਸਾਹਮਣੇ ਆ ਜਾਂਦੇ ਨੇ ਉਹ ਅਸੀਂ ਦਰਸ਼ਕਾਂ ਨਾਲ ਸਾਂਝਾ ਜ਼ਰੂਰ ਕਰ ਲੈਣੇ ਆ ਪਰ ਇਹ ਸਿਰਫ ਇੱਕ ਨਹੀਂ ਜਾਂ ਦੋ ਨਹੀਂ ਇਹ ਬਹੁਤ ਸਾਰੇ ਇਦਾਂ ਦੇ ਮਸਲੇ ਸਾਹਮਣੇ ਆਉਂਦੇ ਆ ਜਿੱਥੇ ਬਾਪ ਨੇ ਆਪਣੀ ਧੀ ਦੇ ਨਾਲ ਰੇਪ ਕਰਤਾ ਜਿੱਥੇ ਧੀ ਨੇ ਆਪਣੇ ਬਾਪ ਦੇ ਜਿਵੇਂ ਤੁਸੀਂ ਦੱਸਿਆ ਕਤਲ ਕਰਤਾ ਪਿੱਛੇ ਜੇ ਅਸੀਂ ਗੱਲ ਸਾਂਝੀ ਕੀਤੀ ਸੀ ਮਾਂ ਨੇ ਆਪਣੇ ਪੁੱਤਰ ਨੂੰ ਮਾਰ ਦਿੱਤਾ ਮਤਲਬ ਇਹ ਜਿਹੜੇ ਰਿਸ਼ਤੇ ਨੇ ਇਸ ਵੇਲੇ ਅਸੀਂ ਇੰਨੇ ਇਹਨਾਂ ਨੂੰ ਅਣਗੋਲੀਆਂ ਕਰਤਾ ਵੀ ਅਸੀਂ ਰਿਸ਼ਤਿਆਂ ਦੀ ਮਹੱਤਤਾ ਜਿਹੜੀ ਉਹਨੂੰ ਇੰਨਾਂ ਕ ਮਤਲਬ ਖਤਮ ਹੀ ਕਰਤਾ ਆਪਣੀ ਜ਼ਿੰਦਗੀ ਚੋਂ ਵੀ ਅਸੀਂ ਤਾਂ ਜੀ ਜੋ ਕਰਨਾ ਹੈ ਅਸੀਂ ਉਹੀ ਕਰਾਂਗੇ ਸਾਡੇ ਦਿਲ ਦੇ ਵਿੱਚ ਜੋ ਆਂਦਾ ਅਸੀਂ ਉਹੀ ਕਰਾਂਗੇ ਜਿਹੜਾ ਸਾਡੇ ਕੰਮ ਦੇ ਵਿੱਚ ਰੋੜਾ ਬਣਦਾ ਅਸੀਂ ਨਹੀਂ ਦੇਖਦੇ ਸਾਡਾ ਪਿਤਾ ਲੱਗਦਾ ਅਸੀਂ ਨਹੀਂ ਦੇਖਦੇ ਸਾਡੀ ਮਾਂ ਹੈ ਅਸੀਂ ਨਹੀਂ ਦੇਖਦੇ ਸਾਡਾ ਬੱਚਾ ਹੈ ਉਹ ਅਸੀਂ ਨਹੀਂ ਦੇਖਦੇ ਨਾਨਾ ਨਾਨੀ ਕੋਈ ਵੀ ਰਿਸ਼ਤਾ ਹੋਵੇ ਚਾਹੇ ਭੈਣ ਭਰਾ ਹੋਵੇ ਅਸੀਂ ਉਹਨੂੰ ਖਤਮ ਕਰਨ ਲੱਗੇ ਮਿੰਟ ਨਹੀਂ ਲਾਉਂਦੇ ਕਿਉਂਕਿ ਸਾਡੇ ਕੰਮ ਦੇ ਵਿੱਚ ਰੋੜਾ ਬਣਦਾ ਮੇਰੇ ਖਿਆਲ ਨਾਲ ਇਹ ਚੀਜ਼ ਜਿਹੜੀ ਸਾਡੀ ਮਾਨਸਿਕਤਾ ਬਣ ਚੁੱਕੀ ਹੈ ਇਸ ਟਾਈਮ ਤੇ ਸਾਨੂੰ ਇਹਨੂੰ ਦੂਰ ਕਰਨਾ ਪਊਗਾ ਕਿਸੇ ਵੀ ਤਰੀਕੇ ਨਾਲ ਕਿ ਅਸੀਂ ਇਹ ਨਾ ਸੋਚੀਏ ਕਿ ਜੇ ਕੋਈ ਮੇਰੇ ਰਸਤੇ ਚ ਰੋੜਾ ਬਣਦਾ ਤਾਂ ਉਹਦੀ ਮੈਂ ਜ਼ਿੰਦਗੀ ਖਤਮ ਕਰ ਦਿਆ ਕਿਉਂਕਿ ਜ਼ਿੰਦਗੀ ਉਸ ਰੱਬ ਦੀ ਦਿੱਤੀ ਹੈ ਉਸ ਪਰ ਜ਼ਰੂਰ ਖੁਸ਼ੀ ਹੋਊਗੀ ਵੀ ਇਸ ਵੇਲੇ ਮੇਰਾ ਕੰਮ ਸਫਲ ਹੋ ਗਿਆ ਪਰ ਤੁਹਾਨੂੰ ਉਹਦਾ ਭੁਗਤਾਨ ਜਿਹੜਾ ਹੈ ਉਹ ਇੱਥੇ ਹੀ ਕਰਕੇ ਜਾਣਾ ਪਊਗਾ ਚਾਹੇ ਬੁਢਾਪੇ 'ਚ ਤੁਹਾਡੇ ਸਾਹਮਣੇ ਆਵੇ ਚਾਹੇ ਉਸੇ ਵੇਲੇ ਜਵਾਨੀ 'ਚ ਕੁਝ ਟਾਈਮ ਬਾਅਦ ਤੁਹਾਡੇ ਸਾਹਮਣੇ ਆ ਜਵੇ ਉਹਦੀ ਜਿਹੜੀ ਭੁਗਤਾਨ ਕਰਨਾ ਪਊਗਾ ਤੁਹਾਨੂੰ ਇਸੇ ਜ਼ਿੰਦਗੀ 'ਚ ਇੱਥੇ ਹੀ ਕਰਕੇ ਜਾਣਾ ਪਊਗਾ ਇਸ ਕਰਕੇ ਆਪਣੇ ਕਰਮਾਂ ਦੀ ਚਿੰਤਾ ਸੀ ਜ਼ਰੂਰ ਕਰੀਏ ਵੀ ਅਸੀਂ ਜਿਹੜੇ ਕਰਮ ਕਰਦੇ ਆ ਉਹ ਕਰੀਏ ਤਾਂ ਕਿ ਉਹੀ ਜਦੋਂ ਚੀਜ਼ ਸਾਡੇ ਨਾਲ ਹੋਵੇ ਉਦੋਂ ਸਾਨੂੰ ਦੁੱਖ ਨਾ ਲੱਗੇ ਉਦੋਂ ਸਾਡੀ ਚਿਕਨਾ ਨਿਕਲਣ ਵੀ ਇਹ ਚੀਜ਼ ਮੇਰੇ ਨਾਲ ਕੀ ਹੋ ਗਈ ਮੁੱਦੇ ਮਸਲੇ ਹੋਰ ਵੀ ਬਹੁਤ ਨੇ ਅਸੀਂ ਭਾਵੁਕ ਹੋ ਫੋਨ ਰਿਪੋਰਟਕਾਰ ਚ ਮੁਦੇ ਮਸਲੇ ਦੱਸੇ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਪਰ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਸ਼ੋਅ ਚੱਲ ਰਿਹਾ ਜੀ ਉਲਟ ਪੁਲਟ ਤੇ ਗੱਲਬਾਤ ਸਾਡੀਆਂ ਜਾਰੀ ਨੇ ਸੰਗਰਾਹੁੜ ਸਾਹਿਬ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਪੰਜਾਬ ਪੁਲਿਸ ਦੀ ਤਾਂ ਸਾਡੇ ਮਨ ਦੇ ਵਿੱਚ ਬੜੇ ਉੱਚ ਵਿਚਾਰ ਮਤਲਬ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ ਸਾਡਾ ਸਾਹਿਬ ਸਟਾਰਟਿੰਗ ਦੇ ਵਿੱਚ ਨਾ ਤੁਸੀਂ ਇੱਕ ਗੱਲ ਕਹੀ ਸੀ ਕਿ ਪੰਜਾਬ ਪੁਲਿਸ ਭਾਈ ਬੜੀ ਬਦਨਾਮ ਆ ਕوڑا ਸਾਬ ਥੋੜਾ ਜਿਆ ਸੋਚ ਕੇ ਬੋਲਿਆ ਕਰੋ ਮੈਨੂੰ ਬੜਾ ਖਤਰਾ ਮਹਿਸੂਸ ਹੁੰਦਾ ਤੁਹਾਡੇ ਸ਼ਬਦਾਂ ਤੋਂ ਕਿ ਦੇਖਿਓ ਕਿਤੇ ਕੋਈ ਪੰਗਾ ਨਾ ਖੜਾ ਕਰਦਿਓ ਜੇ ਸਾਡਾ ਤਾਂ ਬਹੁਤ ਔਖਾ ਹੋ ਜਾਣਾ ਹੋਰ ਸਾਡੀ ਕੁਰਸੀਆਂ ਚੱਕ ਲੈ ਜਾਣ ਹਾਂ ਤੇ ਉਹਨਾਂ ਨੇ ਤਾਂ ਉੱਥੇ ਅੰਦਰ ਜਿਹੜੀ ਹਵਾਲਤ ਹੁੰਦੀ ਹੈ ਉੱਥੇ ਸੈਟ ਨਹੀਂ ਲਾਉਣ ਦੇਣਾ ਕਿ ਉਲਟ-ਪੁਲਟ ਕਰ ਲਓ ਜੋ ਜਦੋਂ ਅਸੀਂ ਪੰਜਾਬ ਪੁਲਿਸ ਦੀ ਗੱਲ ਕਰਦੇ ਆ ਨਾ ਮੈਂ ਕਿਹਾ ਸਾਡੇ ਮਨਾਂ ਦੇ ਵਿੱਚ ਉਹ ਮੁੱਦੇ ਮਸਲੇ ਉਹ ਕਿੱਸੇ ਹਨਾ ਜਿਹੜੇ ਅਸੀਂ ਦੇਖਿਆ ਹੁੰਦੇ ਨੇ ਹੁਣ ਮੈਂ ਇੱਕ ਵੀਡੀਓ ਦੇਖੀ ਜਾਂਦੀ ਸੀਗੀ ਉਹਦੇ ਵਿੱਚ ਇੱਕ ਮਤਲਬ ਪੰਜਾਬ ਪੁਲਿਸ ਦਾ ਬੰਦਾ ਸੀਗਾ ਉਹ ਉਹਨੇ ਪੂਰਾ ਤੁਨ ਨਸ਼ੇ ਨਾਲ ਪੂਰਾ ਮਤਲਬ ਰੱਜਿਆ ਪਿਆ ਵਰਦੀ ਦੇ ਵਿੱਚ ਆਪਣੀ ਔਰ ਉਹ ਸਕੂਟਰ ਤੇ ਜਾਂਦੇ ਜਾਂਦੇ ਨਾ ਮਤਲਬ ਪੀਤੀ ਹੋਣੀ ਸਕੂਟਰ ਸਾਈਡ ਤੇ ਖੜਾ ਉਹਦਾ ਤੇ ਉ ਸੜਕ ਦੇ ਵੱਲ ਨੂੰ ਜਾਂਦਾ ਪੀ 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 ਕੇ ਮਤਲਬ ਲਲਕਾਰੇ ਮਾਰ ਰਿਹਾ ਉਹ ਪੂਰੇ ਤੇ ਗੱਡੀ ਕੋਲ ਜਾ ਕੇ ਨਾ गिर ਜਾਂਦਾ ਮਤਲਬ ਉਹ ਦੇਖਦੇ ਕਿ ਇੰਨਾ ਕ ਹਾਸਾ ਹੁੰਦਾ ਨਾ ਕਿ ਮਤਲਬ ਇਹ ਪੀਤੀ ਚ ਬੰਦੇ ਚਲੋ ਕਰਦੇ ਨੇ ਇਹੋ ਜੀ ਹਰਕਤਾਂ ਕੋਈ ਚੱਕਰ ਨਹੀਂ ਬਈ ਜਿਹੜੇ ਆਮ ਲੋਕ ਪਿੰਦੇ ਨੇ ਉਹ ਕਿਹੜੇ ਇਦਾਂ ਦੀ ਹਰਕਤਾਂ ਨਹੀਂ ਕਰਦੇ ਹੋਣਗੇ ਉਹ ਕਿਹੜੇ ਡਿੱਗਦੇ ਨਹੀਂ ਫਿਰਦੇ ਹੋਣਗੇ ਪ੍ਰਵਦੀ ਜੀ ਮਤਲਬ ਜਿਹੜੇ ਇਹੋ ਜਿਹੇ ਮਤਲਬ ਹੁਣ ਮੈਂ ਫੇਰ ਉਹੀ ਸ਼ਬਦ ਜਿਵੇਂ ਤੁਸੀਂ ਕੱਲ ਮੈਨੂੰ ਗੱਲ ਦੱਸੀ ਸੀ ਕਿ ਹਰਕਤਾਂ ਤੇ ਕਰਤੂਤਾ 'ਚ ਬਹੁਤ ਫਰਕ ਹੁੰਦਾ ਹੈ। ਤੁਸੀਂ ਉਹਨਾਂ ਦੋਨਾਂ 'ਚ ਕੋਈ ਵੀ ਸ਼ਬਦ ਇੱਥੇ ਯੂਜ਼ ਕਰ ਲਓ ਜਦੋਂ ਇਹ ਚੀਜ਼ੇ ਸਾਹਮਣੇ ਆ ਜਾਂਦੀਆਂ ਨੇ ਫਿਰ ਦਿਮਾਗ ਨਾ ਬੜਾ ਸੋਚਣ 'ਚ ਪੈ ਜਾਂਦਾ ਹੈ। ਕੀ ਐ ਇਹ ਸਾਡੀ ਪੰਜਾਬੀ ਨਹੀਂ ਇਹ ਇਹ ਪਤਾ ਕੀ ਆ ਆਪਾਂ ਇਹਨੇ ਤੇ ਵਾਰੀ-ਵਾਰੀ ਗੱਲ ਕਰੀਏ। ਹਾਲਾਂਕਿ ਚਾਹੇ ਯੂਨੀਫਾਰਮ ਤੁਹਾਡੇ ਪੰਜਾਬ ਪੁਲਿਸ ਦੀ ਪਾਈ ਹੋਵੇ ਜਾਂ ਫਿਰ ਯੂਨੀਫਾਰਮ ਆਰਮੀ ਦੀ ਪਾਈ ਹੋਵੇ। ਹੂੰ ਉਦੋਂ ਤੁਹਾਡਾ ਤੁਹਾਡਾ ਜਿਹੜਾ ਨਜ਼ਰੀਆ ਕੁਝ ਹੋਰ ਹੋ ਜਾਂਦਾ। ਹਾਲਾਂਕਿ ਤਜਰਬ ਜਿਹੜੇ ਨਜ਼ਦੀਕੀ ਇਹ ਦੋ ਜਿਹੜੇ ਡਿਪਾਰਟਮੈਂਟ ਮੈਂ ਨਾ ਲਿਆ ਇਹਨਾਂ ਦੇ ਵਿੱਚ ਕੰਮ ਕਰਦੇ ਨੇ ਉਹ ਜ਼ਰੂਰ ਆਪਦੇ ਤਜਰਬੇ ਸਾਂਝੇ ਕਰਦੇ ਹੁੰਦੇ ਆ ਕਿ ਭਾਈ ਸਾਡੇ ਵਿੱਚ ਮਤਲਬ ਇੱਕ ਨਵੀਂ ਆਤਮਾ ਆ ਜਾਂਦੀ ਆ ਜਦੋਂ ਅਸੀਂ ਇਹ ਵਰਦੀ ਪਾ ਲੈਂਦੇ ਆ ਸਾਨੂੰ ਆਪਣੇ ਫਰਜ਼ ਯਾਦ ਆ ਜਾਂਦੇ ਆ ਅਸੀਂ ਅਸੀਂ ਆਮ ਜ਼ਿੰਦਗੀ ਚੋਂ ਨਿਕਲ ਜਾਂਦੇ ਹੁੰਨੇ ਆ ਸਾਡੇ ਫਰਜ਼ ਕੋਈ ਹੋਰ ਹੋ ਜਾਂਦੇ ਆ ਬਿਲਕੁਲ ਤਾ ਐਉਂ ਹੀ ਮੈਨੂੰ ਲੱਗਦਾ ਸਾਰਿਆਂ ਦੀ ਸੋਚ ਹੋਵੇ ਤਾਂ ਮੈਨੂੰ ਲੱਗਦਾ ਜਿਹੜੇ ਕਿੱਸੇ ਅੱਜ ਆਪਾਂ ਨੂੰ ਸਾਂਝੇ ਕਰਨੇ ਪੈ ਰਹੇ ਆ ਇਹ ਕਦੇ ਨਾ ਕਰਨੇ ਪੈਣ। ਚਲ ਮੈਨੂੰ ਇਹ ਦੱਸੋ ਜਦੋਂ ਵੀ ਪੰਜਾਬ ਪੁਲਿਸ ਦਾ ਨਾਮ ਆਉਂਦਾ ਹੈ ਮਤਲਬ ਪੰਜਾਬ ਪੁਲਿਸ ਦੀ ਸ਼ਖਸੀਅਤ ਜਦੋਂ ਤੁਹਾਡੇ ਮਨ ਦੇ ਵਿੱਚ ਉੱਭਰਦੀ ਹੈ ਤੇ ਉਹ ਕਿੱਦਾਂ ਦੀ ਮਤਲਬ ਚਰਿੱਤਰ ਕਿੱਦਾਂ ਦਾ ਬਣ ਦੋ ਉਹਨਾਂ ਦਾ ਨਹੀਂ ਉਹ ਤੁਸੀਂ ਮੈਨੂੰ ਨਾ ਕੈਮਰੇ ਸਾਹਮਣੇ ਪੁੱਛੋ ਐਨਾ ਬੁਰਾ ਵੀ ਨਹੀਂ ਬਣਦਾ ਬਹੁਤ ਬਹੁਤ ਸਾਰੇ ਲੋਕ ਨੇ ਜਿਹੜੇ ਡੰਡਾ ਢੱਡ ਲਿਆ ਬੰਦਾ ਡੰਡਾ ਮਤਲਬ ਆਪਣੇ ਢਿੱਡ ਦੇ ਥੱਲੇ ਲਟ ਟੰਗਿਆ ਹੋਵੇ ਉਹਨੇ ਖੜਾ ਹੋਵੇ ਉਹਦੇ ਡੰਡੇ ਦੇ ਸਿਰ ਤੇ ਉਹ ਮਤਲਬ ਐਦਾਂ ਦੀ ਇੱਕ ਇਮੇਜ ਬਣਦੀ ਹੈ ਮੇਰੇ ਦਿਮਾਗ 'ਚ ਤਾਂ ਜਦੋਂ ਪਛਾਪਦੇ ਤਾਂ ਨਾਮ ਲਿਖਦੇ ਚਲੋ ਉਹ ਹੁੰਦਾ ਵੀ ਹੈ ਵੈਸੇ ਇੱਕ ਔਰਾ ਬਣ ਜਾਂਦਾ ਹੁੰਦਾ ਕਿਸੇ ਵੀ ਡਿਪਾਰਟਮੈਂਟ ਦਾ ਤੁਸੀਂ ਜੇ ਅ ਟੀਚਰਾਂ ਤੇ ਲਾ ਲਓ ਗੱਲ ਤਾਂ ਟੀਚਰਾਂ ਦਾ ਵੀ ਇੱਕ ਦੇਖਣ ਦੇ ਵਿੱਚ ਉਦੋਂ ਪਤਾ ਲੱਗ ਜਾਂਦਾ ਕਿ ਮਾਸਟਰ ਆ ਜਾਂ ਮਾਸਟਰ ਨਹੀਂ ਆ ਹੁਣ ਜੇ ਕੋਈ ਡੀਸੀ ਦਫ਼ਤਰ ਦੇ ਵਿੱਚ ਜੌਬ ਕਰਦਾ ਉਹਦੇ ਉਹੋ ਜੇ ਪਹਿਰਾਵੇ ਤੋਂ ਉਹਦੇ ਚਾਲ ਚੱਲਣ ਤੋਂ ਸਮਝਿਆ ਜਾ ਸਕਦਾ ਹੁੰਦਾ ਹੈ ਕਿ ਵਾਕਿਆ ਡੀਸੀ ਦਫ਼ਤਰ ਦਾ ਮੁਲਾਜ਼ਮ ਹੋਣਾ ਇਹੋਂ ਹੀ ਇੱਕ ਔਰਾ ਬਣ ਜਾਂਦਾ ਹੁੰਦਾ ਤੇ ਇੱਧਰ ਵੀ ਪੰਜਾਬ ਪੁਲਿਸ ਵਾਲਿਆਂ ਦੀਆਂ ਮੁੱਛਾਂ ਤੋਂ ਉਹਨਾਂ ਦੀ ਠੱਪੀ ਹੋਈ ਦਾੜ੍ਹੀ ਤੋਂ ਠੱਪੀ ਦਾ ਮਤਲਬ ਕਿ ਉਹਨਾਂ ਨੇ ਬੜੀ ਐ ਪਟਕਾ ਕੇ ਰੱਖੀ ਹੁੰਦੀ ਆ ਬੜੇ ਤਰੀਕੇ ਨਾਲ ਤੇ ਬੋਲਣ ਦੇ ਲਹਿਜੇ ਤੋਂ ਉਹਨਾਂ ਦਾ ਪਤਾ ਲੱਗ ਜਾਂਦਾ ਚਲੋ ਇਹ ਤੋਂ ਆਪਾਂ ਪਾਸੇ ਹੋ ਕੇ ਗੱਲ ਕਰਦੇ ਆਂ ਪੰਜਾਬ ਪੁਲਿਸ ਨੂੰ ਮਤਲਬ ਕਈ ਕਿਸੇ ਸਾਹਮਣੇ ਆਉਂਦੇ ਨੇ ਜਿਹਦੇ ਵਿੱਚ ਪੰਜਾਬ ਪੁਲਿਸ ਦੀ ਸ਼ਵੀ ਤੇ ਕਈ ਵਾਰੀ ਦਾਗ ਲੱਗ ਜਾਂਦਾ ਹੈ ਅ ਇਦਾਂ ਦੇ ਕਿਉਂਕਿ মুনਕਰ ਕੋਈ ਵੀ ਨਹੀਂ ਹੋਊਗਾ ਚਾਹੇ ਪੰਜਾਬ ਪੁਲਿਸ ਦਾ ਕੋਈ ਜਵਾਨ ਕੋਈ ਵੀ ਮੁਲਾਜ਼ਮ ਸਾਡਾ ਪ੍ਰੋਗਰਾਮ ਦੇਖਦਾ ਹੋਊਗਾ ਉਹ মুনਕਰ ਨਹੀਂ ਹੋਊਗਾ ਇਸ ਗੱਲ ਤੋਂ ਕਿ ਵਾਕਈ ਸਾਡੇ ਕਿਤਨਾ ਕਿਤੇ ਮੁਲਾਜ਼ਮ ਨੇ ਜਿਹੜੇ ਉਹ ਸਾਡੀ ਸ਼ਵੀ ਨੂੰ ਕਿਤਨਾ ਕਿਤੇ ਦਾਗ ਲਾਉਂਦੇ ਆ ਹੁਣ ਇਹ ਤੋਂ ਬਿਨਾ ਪੰਜਾਬ ਦੇ ਵਿੱਚ ਇਸ ਵੇਲੇ ਨੌਜਵਾਨ ਜਿਹੜੇ ਭਰਤੀ ਕੀਤੇ ਹੋਏ ਨੇ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਨੇ ਇਸ ਸ਼ਵੀ ਨੂੰ ਸੁਧਾਰਨਾ ਸ਼ੁਰੂ ਕਰਤਾ ਹਮ ਬੇਸ਼ੱਕ ਹੁਣ ਉਹ ਨੌਜਵਾਨ ਨੇ ਜਿਹੜੇ ਉਹਨਾਂ ਦੀ ਸੋਚ ਕਿਤੇ ਨਾ ਕਿਤੇ ਕਹਿ ਲਓ ਕਿ ਜਿਸ ਤਰੀਕੇ ਨਾਲ ਆਪਾਂ ਕਹਿੰਦੇ ਆ ਡਿਜੀਟਲ ਹੋ ਗਿਆ ਸਾਰਾ ਕੁਝ ਉਹਨਾਂ ਦੀ ਸੋਚ ਵੀ ਕਿਸ ਡਿਜੀਟਲ ਵਾਲੇ ਪਾਸੇ ਜਾਂਦੀ ਹੈ ਕਿ ਚਲੋ ਠੀਕ ਹੈ ਪਹਿਲਾਂ ਤਾਂ ਕਹਿੰਦੇ ਨੇ ਕਿ ਭਾਈ ਇਹ ਤਾਂ ਨਾਕੇ ਲਾ ਲੈਂਦੇ ਆ ਇਹ ਦਾ 20 ਰੁਪਏ ਨਾ ਮੰਨੇ ਜਾਂਦੇ 100 ਰੁਪਏ ਨਾ ਮੰਨੇ ਜਾਂਦੇ ਇਹ ਐਂ ਕਰਕੇ ਪੈਸੇ ਲੈ ਲੈਂਦੇ ਆ ਇਹ ਉਹ ਉਹਨਾਂ ਚੀਜ਼ਾਂ ਨੂੰ ਹੁਣ ਕਵਰ ਅਪ ਕਰਨਾ ਸ਼ੁਰੂ ਕਰਤਾ ਉਹਦਾ ਕਾਰਨ ਇਹ ਹੋਆ ਕਿ ਜਿਹੜੇ ਇਹ ਨੌਜਵਾਨ ਨੇ ਜਿਨ੍ਹਾਂ ਦੇ ਵਿੱਚ ਗੋਲਡੀ ਨਾਮ ਬਹੁਤ ਵੱਡਾ ਹੈ ਗੋਲਡੀ ਪੀਪੀ ਇਸੇ ਤਰ੍ਹਾਂ ਦੇ ਮੁੰਡਾ ਇੱਕ ਪੁਨੀਤ ਇਸੇ ਤਰ੍ਹਾਂ ਦੀਆਂ ਕੁੜੀਆਂ ਜਿਹੜੀਆਂ ਅੱਜਕੱਲ ਸੋਸ਼ਲ ਮੀਡੀਆ ਤੇ ਵੀ ਕਾਫੀ ਉਹਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਉਹ ਆਪਣੇ ਖਰਚੇ ਤੋਂ ਆਪਣੀ ਜਿਹੜੀ ਕਮਾਈ ਆ ਮਹੀਨੇ ਦੀ ਉਹਦੇ ਵਿੱਚੋਂ ਦਸਵੰਦ ਕੱਢ ਕੇ ਜਾਨੀ ਜਿੰਨਾਕ ਉਹਨਾਂ ਦਾ ਲੱਗਦਾ ਹੈ ਕਿ ਇੰਨਾ ਕੁ ਮੈਂ ਕਿਸੇ ਹੋਰ ਵਾਸਤੇ ਯੂਜ਼ ਕਰ ਸਕਦਾ ਉਹ ਗਰੀਬਾਂ ਦੇ ਵਿੱਚ ਦਾਨ ਇਸ ਵੇਲੇ ਵੱਡੇ ਪੱਧਰ ਤੇ ਕਰ ਰਿਹਾ ਹੈ ਪਹਿਲਾਂ ਉਹਨਾਂ ਨੇ ਸ਼ੁਰੂਆਤ ਆਪਣੇ ਪੱਧਰ ਤੇ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਇਦਾਂ ਇਸ ਚੀਜ਼ ਦੇ ਵਿੱਚ ਵਿਸ਼ਵਾਸ ਰੱਖਦੇ ਆ ਕਿ ਹਾਂ ਅਸੀਂ ਸਾਨੂੰ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਉਹ ਲੋਕ ਉਹਨਾਂ ਦੇ ਨਾਲ ਜੁੜੇ ਤੇ ਇਸ ਵੇਲੇ ਵੱਡੇ ਪੱਧਰ ਤੇ ਮਹਿੰਮਾ ਚੱਲੀ ਹੈ ਤੇ ਉਹਨਾਂ ਨੇ ਸਿਰਫ ਆਪਣਾ ਹੀ ਨਹੀਂ ਆਪਣੇ ਮਾਪਿਆਂ ਦਾ ਹੀ ਨਹੀਂ ਆਪਣੇ ਪਿੰਡ ਦਾ ਹੀ ਨਹੀਂ ਪੰਜਾਬ ਪੁਲਿਸ ਦਾ ਨਾਮ ਹੀ ਹੈ ਜਿਹੜਾ ਉਹ ਚਮਕਾਇਆ ਜਦੋਂ ਕੋਈ ਪੁੱਛਦਾ ਕਿ ਕੌਣ ਆ ਮੁੰਡਾ ਭਾਈ ਗੋਲਡੀ ਇਹ ਭਾਈ ਪੰਜਾਬ ਪੁਲਿਸ ਦਾ ਜਵਾਨ ਹੈ ਜਾਨੀ ਕਿਤੇ ਨਾ ਕਿਤੇ ਮਾਣ ਮਹਿਸੂਸ ਹੁੰਦਾ ਹੈ ਕਿ ਜੋ ਜੋ ਸੋਚ ਕੇ ਮਤਲਬ ਇਹ ਡਿਪਾਰਟਮੈਂਟ ਜੁਆਇਨ ਕੀਤਾ ਜਿਸ ਵੇਲੇ ਤੁਹਾਨੂੰ ਕਸਮ ਖਵਾਈ ਜਾਂਦੀ ਹੈ ਉਸ ਵੇਲੇ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਸਮਝਾਈਆਂ ਜਾਂਦੀਆਂ ਹੁੰਦੀਆਂ ਤਾਂ ਉਹਨਾਂ ਦੇ ਕਿਤੇ ਨਾ ਕਿਤੇ ਉਹ ਖਰੇ ਉਤਰਦੇ ਆ ਹੁਣ ਐਨਲਿਸਿਸ ਕਰਦੀਏ ਕਿ ਜਿਹੜੇ ਇਹ ਜਵਾਨ ਨੇ ਇਹਨਾਂ ਨੂੰ ਕਦੇ ਨਾਕੇ ਤੇ ਖੜੇ ਦੇਖਿਓ ਜੇ ਤਾਂ ਇਹਨਾਂ ਨੂੰ ਅਕਸਾਇਆ ਗਿਆ ਹੋਵੇ ਹੁਣ ਤੁਹਾਡੇ ਦਿਮਾਗ ਦੇ ਵਿੱਚ ਇੱਕ ਵੀਡੀਓ ਜ਼ਰੂਰ ਘੁੰਮਦੀ ਹੋਊਗੀ ਉਹ ਇਹ ਕਿ ਜਦੋਂ ਕਰਫਿਊ ਲੱਗਾ ਸੀ ਉਦੋਂ ਇੱਕ ਮੁੰਡੇ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਸੀ ਜਿਦੇ ਵਿੱਚ ਇਹ ਦੋ ਕੁ ਮੁਲਾਜ਼ਮ ਸੀ ਉਹ ਪੁਰਾਣੇ ਕਹਿ ਲੋ ਕਿ ਵੱਡੇ ਢਿੱਡਾਂ ਵਾਲੇ ਸੀ ਤੇ ਦੋ ਤਿੰਨ ਜਵਾਨ ਉਹਨਾਂ ਦੇ ਨਾਲ ਹੋਣ ਵਾਲੇ ਸੀ ਉਹਨਾਂ ਨੇ ਇੱਕੋ ਜਿਹਾ ਹੀ ਕੁੱਟਿਆ ਉੱਥੇ ਉਹਨਾਂ ਦੇ ਵਿੱਚ ਕੋਈ ਕੋਈ ਸਿੰਪਥੀ ਵਾਲੀ ਗੱਲ ਨਹੀਂ ਦਿਖੀ ਸੀ ਉਹਨਾਂ ਨੇ ਚੱਕ ਚੱਕ ਕੇ ਦੋ ਜਣਾਂ ਨੇ ਲੱਤਾਂ ਦੋ ਜਣਾਂ ਨੇ ਬਾਹਾਂ ਫੜੀਆਂ ਤੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਸੀ ਉਹਨੂੰ ਚੱਪਲਾਂ ਦੇ ਨਾਲ ਵੀ ਕੁੱਟਿਆ ਗਿਆ ਸੀ ਪਰ ਇਸ ਤੋਂ ਬਿਨਾ ਬਹੁਤ ਸਾਰੇ ਜਵਾਨ ਨੌਜਵਾਨ ਮੁੰਡੇ ਮੈਂ ਮੇਰਾ ਖੁਦ ਦਾ ਤਜਰਬਾ ਹੈ ਕਿ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਨਾ ਮਹਿਸੂਸ ਨਹੀਂ ਹੁੰਦਾ ਕਿ ਉਹ ਪੁਲਿਸ ਦੇ ਮੁਲਾਜ਼ਮ ਹਨ ਉਹਨਾਂ ਨੇ ਕੋਈ ਰੋਬ ਨਹੀਂ ਮਾਰਨਾ ਇਹਨਾਂ ਚੋ ਇੱਕ ਨਾਮ ਤਰਨ ਤਰਨ ਤੋਂ ਕੁਲਵੀਰ ਕੋਰ ਦਾ ਵੀ ਹੈ ਇਸ ਹਿਸਾਬ ਨਾਲ ਉਹ ਇਸ ਵੇਲੇ ਕੰਮ ਕਰ ਰਹੇ ਨੇ ਲੋਕਾਂ ਦੀ ਮਦਦ ਕਰ ਰਹੇ ਨੇ ਆਪਣੇ ਖਰਚੇ ਚੋਂ ਜਾ ਜਾ ਕੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਖਾਣਾ ਵੀ ਦਿੰਦੇ ਨੇ ਕੱਪੜੇ ਵੀ ਦਿੰਦੇ ਨੇ ਜਿਨ੍ਹਾਂ ਨੂੰ ਜਿਸ ਤਰੀਕੇ ਦੀ ਮਦਦ ਦੀ ਲੋੜ ਹੋਵੇ ਉਹ ਮਦਦ ਵੀ ਕਰਦੇ ਨੇ ਮਤਲਬ ਕਿ ਇੱਕ ਤਰੀਕੇ ਨਾਲ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਨੌਜਵਾਨ ਪੀੜ੍ਹੀ ਹੈ ਸਾਡੀ ਜਿਹੜੀ ਹੁਣ ਜਿਹੜੀਆਂ ਭਰਤੀਆਂ ਹੁੰਦੀਆਂ ਨੇ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦੇ ਕਿਤੇ ਨਾ ਕਿਤੇ ਕੋਈ ਭਰੋਸਾ ਨਹੀਂ ਵੀ 55 60 ਦੀ ਉਮਰ ਤੱਕ ਜਾਂਦੇ ਜਾਂਦੇ ਜਾਂ ਹੁਣ 45 ਤੱਕ ਹੀ ਪਹੁੰਚਦੇ ਪਹ ਹੁਣ ਦੇ ਸਾਡੇ ਢਿੱਡਲੇ ਜੇ ਪੁਲਿਸ ਵਾਲੇ ਨੇ ਉਦਾਂ ਦੀ ਮਤਲਬ 26 ਬੰਜਵੇ ਉਹਨਾਂ ਦੇ ਵੀ ਪਰ ਇਸ ਵੇਲੇ ਕਿਉਂਕਿ ਖੂਨ ਗਰਮ ਹੈ ਇਸ ਵੇਲੇ ਪਰ ਉਹ ਜਿਹੜਾ ਕੰਮ ਕਰ ਰਹੇ ਨੇ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਆਪਣੇ ਵੱਲੋਂ ਦੀ ਜੋ ਉਹ ਸੋਚ ਲੈ ਕੇ ਆਏ ਸੀ ਜੋ ਉਹਨਾਂ ਨੇ ਸੋਚਿਆ ਸੀ ਕਿ ਭਾਈ ਅਸੀਂ ਤਾਂ ਦੇਸ਼ ਦੀ ਸੇਵਾ ਕਰਨੀ ਹੈ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਉਹ ਉਹ ਚੀਜ਼ ਨੂੰ ਉਹ ਅੱਗੇ ਲੈ ਕੇ ਆ ਰਹੇ ਨੇ ਉਸ ਤਰੀਕੇ ਨਾਲ ਲੋਕਾਂ ਦੀ ਮਦਦ ਵੀ ਕਰ ਰਹੇ ਨੇ ਜੇ ਅਸੀਂ ਲਾਕਡਾਊਨ ਦੇ ਵਿੱਚ ਇਹੋ ਜਿਹੀਆਂ ਤਸਵੀਰਾਂ ਦੇਖਿਆ ਜਿੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਲੋਕਾਂ ਨੂੰ ਕੁੱਟ ਦੇ ਨਜ਼ਰ ਆਉਂਦੇ ਸੀਗੇ ਉਹਨਾਂ ਤੇ ਤਸ਼ੱਦਦ ਕਰਦੇ ਨਜ਼ਰ ਆਉਂਦੇ ਸੀਗੇ ਤਾਂ ਉਸ ਵੇਲੇ ਪੁ ਵੀ ਸੀ ਕਿ ਜਿਹੜੇ ਕਿ ਲੋਕਾਂ ਦੇ ਖੁਦ ਕੋਲ ਜਾ ਕੇ ਉਹਨਾਂ ਦੇ ਹੱਥ ਵੀ ਤੋਂ ਆਉਂਦੇ ਸੀ ਪੈਰ ਤੋਂ ਆਉਂਦੇ ਸੀ ਉਹਨਾਂ ਨੂੰ ਨਵੇਂ ਕੱਪੜੇ ਦਿੰਦੇ ਸੀ ਪਹਿਨਨੂ ਉਹਨਾਂ ਨੂੰ ਉਹ ਕੋਲ ਬਿਠਾ ਕੇ ਰੋਟੀ ਖਵਾਉਂਦੇ ਸੀ ਕਿ ਜਦੋਂ ਉਹਨਾਂ ਦੇ ਹੱਥ ਸੈਨੀਟਾਈਜ਼ ਕਰਦੇ ਸੀ ਉਹਨਾਂ ਨੂੰ ਮਾਸਕ ਫੜਾਉਂਦੇ ਸੀਗੇ ਬਹੁਤ ਜਗ੍ਹਾ ਜਾ ਕੇ ਪੁਲਿਸ ਮੁਲਾਜ਼ਮਾ ਨੇ ਇਦਾਂ ਦੀ ਸੇਵਾ ਵੀ ਨਿਭਾਈ ਹੈ ਬਿਲਕੁਲ ਤੇ ਇਹ ਮਤਲਬ ਉਹ ਉਸ ਦੌਰ ਦੇ ਵਿੱਚ ਸਾਨੂੰ ਚੰਗੀਆਂ ਚੀਜ਼ਾਂ ਵੀ ਮਿਲੀਆਂ ਮਾੜੀਆਂ ਚੀਜ਼ਾਂ ਵੀ ਮਿਲੀਆਂ ਤੇ ਹੁਣ ਵੀ ਉਹੀ ਕੋਸ਼ਿਸ਼ ਜਾਰੀ ਹੈ ਪਰ ਆਪਾਂ ਸਿਰਫ ਗੱਲ ਉਹਨਾਂ ਦੀ ਕਰਦੇ ਆ ਜਿਹੜੇ ਇਸ ਵੇਲੇ ਮਤਲਬ ਵੱਡੇ ਪੱਦਰ ਤੇ ਮੁਹਿਮਾ ਵਿੱਢੀ ਬੈਠੇ ਨੇ ਔਰ ਬੜੇ سارے ਸੈਂਕੜੇ ਲੋਕਾਂ ਦੇ ਘਰ ਉਹਨਾਂ ਨੇ ਰਾਸ਼ਨ ਪਹੁੰਚਾਇਆ ਜਿਨ੍ਹਾਂ ਕੋਲੇ ਛੱਤ ਨਹੀਂ ਹੈਗੀ ਉਹਨਾਂ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਹੈ ਕਿ ਉਹਨਾਂ ਨੂੰ ਇੱਕ ਕਮਰਾ ਬਣਾ ਕੇ ਦਿੱਤਾ ਜਾਵੇ ਜਿਸ ਵੀ ਚੀਜ਼ ਦੀ ਲੋੜ ਹੈ ਕੁਝ ਮਾਤਾਵਾਂ ਦੀਆਂ ਵੀਡੀਓ ਇਦਾਂ ਦੀਆਂ ਵੀ ਸੀ ਜਿਨ੍ਹਾਂ ਨੂੰ ਪੈਣ ਦੇ ਲਈ ਉਹਨਾਂ ਕੋਲੇ ਮੰਜਾ ਵੀ ਨਹੀਂ ਸੀ ਤਾਂ ਉਹਨਾਂ ਦੇ ਘਰ ਦੇ ਵਿੱਚ ਲੋੜੀਂਦੀਆਂ ਚੀਜ਼ਾਂ ਪੂਰੀਆਂ ਕੀਤੀਆਂ ਗਈਆਂ ਬਹੁਤ ਸਾਰੀਆਂ ਕੁੜੀਆਂ ਬਹੁਤ ਸਾਰੇ ਮੁੰਡੇ ਪੰਜਾਬ ਪੁਲਿਸ ਦੇ ਨੇ ਜਿਹੜੇ ਉਹ ਛਲਾਗਾ ਯੋ ਕੰਮ ਕਰਦੇ ਆ ਸਰਾਨਾ ਕਰਨੀ ਬਣਦੀ ਆ ਜਿੱਥੇ ਜਿਹੋ ਜਿਹਾ ਕੋਈ ਕੰਮ ਕਰੂਗਾ ਉਸ ਤਰੀਕੇ ਦੇ ਨਾਲ ਹੀ ਉਹਦਾ ਜਿਹੜਾ ਸਾਡੇ ਤੋਂ ਐਨਲਿਸਿਸ ਹੋ ਜਾਂਦਾ ਮੱਲੋ ਮੱਲੇ ਜੇ ਕੋਈ ਗਲਤ ਕਰੇ ਤਾਂ ਉਸ ਤਰੀਕੇ ਦੀ ਸਾਡਾ ਨਜ਼ਰੀਆ ਹੋ ਜਾਣਾ ਪਰ ਇਸ ਵੇਲੇ ਜਿਹੜੇ ਨਵੇਂ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਪੁਲਿਸ ਦੇ ਵਿੱਚ ਆ ਨਾਕਿਆਂ ਤੇ ਵੀ ਖੜੇ ਹੁੰਦੇ ਆ ਉਹਨਾਂ ਦਾ ਰਵਈਆ ਕੁਝ ਹੋਰ ਹੁੰਦਾ ਹੈ ਜੇ ਆਪਾਂ ਪਿਛਲੇ 10 ਸਾਲ ਤੇ ਨਜ਼ਰ ਮਾਰ ਲਈਏ ਉਹ ਤੋਂ ਬਿਨਾ ਅੱਜ ਦਾ ਨਜ਼ਰੀਆ ਕੁਝ ਹੋਰ ਹੈ ਨਾ ਹੀ ਤਾਂ ਇੰਨੀ ਰਿਸ਼ਵਤ ਖੋਰੀ ਹੈ ਬਹੁਤ ਘੱਟ ਤਰੀਕੇ ਦੇ ਨਾਲ ਇੱਕ ਹੋਰ ਵੀ ਚੀਜ਼ ਹੈ ਜਿਹੜੀ ਪੰਜਾਬ ਪੁਲਿਸ ਦੇ ਹੱਕ 'ਚ ਮੈਂ ਕਰਨੀ ਹੈ ਉਹ ਇਹ ਹੈ ਕਿ ਇਹ ਪੰਜਾਬ ਪੁਲਿਸ ਦੇ ਨੌਜਵਾਨ ਨੇ ਜਿਹੜੇ ਜਵਾਨ ਨੇ ਚਾਹੇ ਉਹ ਹੁਣ ਵਾਲੇ ਨੇ ਜਾਂ ਪੁਰਾਣੇ ਉਹ ਕਰਫਿਊ ਦੇ ਦੌਰਾਨ ਕਰੋਨਾ ਦੇ ਦੌਰਾਨ ਸਾਰੇ ਜਿਹੜੇ ਨੇ ਉਹ ਵੱਖ-ਵੱਖ ਨਾਕਿਆਂ ਤੇ ਖੜੇ ਹੁੰਦੇ ਸੀ ਆਪਣੀ ਡਿਊਟੀ ਤੇ ਤਾਇਨਾਤ ਹੁੰਦੇ ਸੀ ਜਿਨ੍ਹਾਂ ਦੇ ਵਾਸਤੇ ਇਹ ਇੱਕ ਧਾਰਨਾ ਬਣਾਈ ਸਤੀ ਜੀ ਵੀ ਇਹ ਸਿਰਫ ਨਾਕਾ ਲਾਉਂਦੇ ਨੇ ਤਾਂ ਆਪਦੀਆਂ ਜੇਬਾਂ ਭਰਨ ਦੇ ਵਾਸਤੇ ਤੇ ਜਦੋਂ ਇਹਨਾਂ ਦੀਆਂ ਜੇਬਾਂ ਪੂਰੀਆਂ ਹੋ ਜਾਂਦੀਆਂ ਵੀ ਅੱਜ ਦੀ ਦਿਹਾੜੀ ਬਣ ਗਈ ਉਦੋਂ ਡੰਡਾ ਡੇਰਾ ਚੱਕਦੇ ਨੇ ਤੇ ਆਪੋ ਆਪਣੇ ਥਾਣਿਆਂ 'ਚ ਬਹਿ ਜਾਂਦੇ ਆ ਉਹੀ ਜਵਾਨ ਉਹੀ ਪੰਜਾਬ ਪੁਲਿਸ ਦੇ ਲੋਕ ਹੁਣ ਬਿਨਾ ਪੈਸਿਆਂ ਤੋਂ ਬਿਨਾ ਕਿਸੇ ਲਾਲਚ ਤੋਂ ਤੁਹਾਡੀ ਸੁਰੱਖਿਆ ਦੇ ਵਾਸਤੇ ਖੜੇ ਨਜ਼ਰ ਆਉਂਦੇ ਸੀ ਥਾਂ-ਥਾਂ ਖੜੇ ਸੀਗੇ ਕਿਹੜਾ ਇਹੋ ਜਿਹਾ ਮੋੜ ਕਿਹੜੇ ਇਹੋ ਜਿਹੀ ਨੁੱਕੜ ਕਿਹੜਾ ਇਹੋ ਜਿਹਾ ਚੌਂਕ ਸੀ ਜਿੱਥੇ ਤੁਹਾਨੂੰ ਪੰਜਾਬ ਪੁਲਿਸ ਨਹੀਂ ਦੇਖਦੀ ਸੀ ਉਹੀ ਪੰਜਾਬ ਪੁਲਿਸ ਸੀ ਜੀਨੇ ਇਸ ਦੌਰ ਦੇ ਵਿੱਚ ਤੁਹਾਡਾ ਸਾਥ ਦਿੱਤਾ ਤੁਹਾਡੇ ਤੁਹਾਨੂੰ ਸਮਝਾਇਆ ਬੁਝਾਇਆ ਚਾਹੇ ਤੁਹਾਡੇ ਤੇ ਕਿਸੇ ਤਰ੍ਹਾਂ ਦੀ ਛੋਟੀ ਮੋਟੀ ਧਾਰਾ ਲਾ ਕੇ ਤੁਹਾਨੂੰ ਕੋਈ ਨਿੱਕੀ ਮੋਟੀ ਸਜ਼ਾ ਦਿੱਤੀ ਉਹਨਾਂ ਨੇ ਪਰ ਸੀ ਤੁਹਾਡੇ ਹੱਕ 'ਚ ਹੀ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਪੰਜਾਬ ਪੁਲਿਸ ਨੂੰ ਸਾਡੀ ਇੱਕੋ ਅਪੀਲ ਹੈਗੀ ਆ ਜਿੰਨੇ ਕੁ ਵੀ ਸਾਨੂੰ ਇਸ ਵੇਲੇ ਦੇਖ ਰਹੇ ਹੋਣਗੇ ਕਿ ਭਾਈ ਪੰਜਾਬ ਪੁਲਿਸ ਤੇ ਸਾਨੂੰ ਮਾਣ ਹੈ ਕੱਲ ਵੀ ਸੀ ਅੱਜ ਵੀ ਤੇ ਰਹੂਗਾ ਵੀ ਕਿਉਂਕਿ ਸ਼ਾਂਤੀ ਬਣਾਈ ਰੱਖਣ ਦੇ ਲਈ ਤੁਹਾਡਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਪਰ ਜਿਹੜੇ ਚੰਦ ਲੋਗ ਤੁਹਾਡੀ ਸ਼ਬੀ ਨੂੰ ਖਰਾਬ ਕਰਦੇ ਨੇ ਡਿਪਾਰਟਮੈਂਟ ਦੀ ਸ਼ਬੀ ਨੂੰ ਖਰਾਬ ਕਰਦੇ ਨੇ ਸਿਰਫ ਉਹਨਾਂ ਨੂੰ ਬਚਾਉਣ ਦੀ ਖਾਤਰ ਆਪਣੀ ਸ਼ਬੀ ਨਾ ਖਰਾਬ ਕਰਿਆ ਕਰੋ ਜਿਹਦੀ ਜਿਹੜਾ ਜਿਹੋਜਾ ਕਸੂਰ ਹੁੰਦਾ ਹੈ ਜਿਹੋ ਜਿਹਾ ਗੁਨਾਹ ਹੁੰਦਾ ਉਹਨੂੰ ਉਹੋ ਜਿਹਾ ਉਹਦੇ ਤੇ ਕਾਰਵਾਈ ਕਰਕੇ ਬਣਦੀ ਸਜ਼ਾ ਜ਼ਰੂਰ ਉਹਨੂੰ ਦਵਾਇਆ ਕਰੋ ਬਜਾਏ ਇਸ ਦੇ ਕਿ ਉਸ ਦੀ ਮਦਦ ਕਰੋ ਕਿ ਸਾਡੇ ਡਿਪਾਰਟਮੈਂਟ ਦਾ ਬੰਦਾ ਹੈ ਮੇਰੇ ਨਾਲ ਇਹਨੇ ਕੰਮ ਕੀਤਾ ਪਰ ਘੱਟੋ ਘੱਟ ਗੁਨਾਹ ਤਾਂ ਉਹਨੇ ਜ਼ਰੂਰ ਕੀਤਾ ਹੈ ਜੇ ਭੁਵਿੱਖ ਦੇ ਵਿੱਚ ਇਦਾਂ ਦਾ ਕੋਈ ਬੰਦਾ ਤੁਹਾਡੇ ਨਜ਼ਰ ਦੇ ਵਿੱਚ ਆਉਂਦਾ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਿਆ ਕਰੋ ਬਿਲਕੁਲ ਤੇ ਇਹ ਵੀ ਇੱਕ ਅਪੀਲ ਹੈ ਕਿ ਜਿਵੇਂ ਕਿ ਮੈਂ ਗੱਲ ਕੀਤੀ ਵੀ 45 ਤੱਕ ਪਹੁੰਚਦੇ ਪਹੁੰਚਦੇ ਤੁਹਾਡੇ ਵੀ ਇਦਾਂ ਦੀ ਧਾਰਾਵਾਨਾ ਬਣ ਜਾਣ ਕਿ ਜੀ ਪੰਜਾਬ ਪੁਲਿਸ ਇਦਾਂ ਕਰਦੀ ਹੈ ਉਦਾਂ ਕਰਦੀ ਹੈ ਤੁਹਾਡਾ ਵੀ ਰਿਸ਼ਵਤਖੋਰੀ ਚ ਨਾਮ ਆਉਣਾ ਸ਼ੁਰੂ ਹੋ ਜਵੇ ਪਤਾ ਲੱਗ ਜਾਏ ਛਾ ਫਲਾਣਾ ਐਸਐਸਪੀ ਉਹਨੂੰ ਤਾਂ ਬਸ ਇੰਨੇ ਕੁ ਪੈਸੇ ਦੋ ਤੇ ਆਵਦਾ ਕੰਮ ਕਰਾ ਲਓ ਐ ਕੰਮ ਕਰ ਦਿੰਦਾ ਉਹ ਅੱਛਾ ਜੀ ਫਲਾਣਾ ਐਸਐਸਪੀ ਤਾਂ ਜਿਹੜਾ ਸਰਕਾਰਾਂ ਦੇ ਪਿੱਛੇ ਲੱਗਿਆ ਰਹਿੰਦਾ ਸਰਕਾਰਾਂ ਦੀਆਂ ਗੱਲਾਂ ਕਰਦਾ ਉਹਨਾਂ ਦੇ ਹੱਕ ਦੀ ਗੱਲ ਹੋਵੇ ਭਾਵੇਂ ਨਸ਼ਿਆਂ ਦੀ ਗੱਲ ਹੋਵੇ ਕਿਉਂਕਿ ਡਰੱਗਸ ਦੇ ਵਿੱਚ ਵੀ ਪੰਜਾਬ ਪੁਲਿਸ ਦਾ ਬੜਾ ਨਾਮ ਆਉਣਾ ਸ਼ੁਰੂ ਹੋ ਗਿਆ ਸੀਗਾ ਉਸ ਵੇਲੇ ਵੀ ਲੋਕਾਂ ਦੇ ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਉਹਨਾਂ ਨੇ ਟੈਸਟ ਟਵਿਸਟ ਕਰਨੇ ਸ਼ੁਰੂ ਕੀਤੇ ਸੀ ਉਦੋਂ ਉਹਨਾਂ ਨੇ ਇੱਧਰ ਉੱਧਰ ਚੀਜ਼ਾਂ ਕਰਤੀਆਂ ਸੀਗੀਆਂ ਕਿਉਂਕਿ ਹੁਣ ਨੌਜਵਾਨਾਂ ਦੇ ਹੱਥਾਂ ਵਿੱਚ ਹੀ ਅਕਸਰ ਅਸੀਂ ਇਹ ਗੱਲ ਕਹਿੰਦੇ ਵੀ ਜਿਹੜਾ ਸਾਡਾ ਦੇਸ਼ ਹੈ ਉਹ ਯੂਥ ਦੇ ਹੱਥ ਵਿੱਚ ਹੈ ਚਾਹੇ ਉਹ ਕਿਸੇ ਵੀ ਵਰਗ ਦਾ ਹੋਵੇ ਚਾਹੇ ਉਹ ਕਿਸੇ ਵੀ ਖੇਤਰ ਦਾ ਹੋਵੇ ਕਿਤੇ ਵੀ ਕੰਮ ਕਰਦਾ ਹੋਵੇ ਨੌਜਵਾਨ ਜਿਹੜੇ ਹੈਗੇ ਨੇ ਉਹਨਾਂ ਦੀ ਸੋਚ ਜੇ ਚੰਗੀ ਹੋਵੇ ਤਾਂ ਉਹ ਦੇਸ਼ ਨੂੰ ਵੀ ਬਦਲ ਸਕਦੇ ਨੇ ਤੇ ਦੇ ਸੋਚ ਦੇ ਉੱਤੇ ਡਿਪੈਂਡ ਕਰਦੇ ਆਪਣੀ ਸੋਚ ਸਹੀ ਰੱਖੋਗੇ ਤਾਂ ਮੇਰੇ ਖਿਆਲ ਨਾਲ ਸਾਰਾ ਕੁਝ ਅੱਗੇ ਅੱਗੇ ਸਹੀ ਹੋਊਗਾ ਤੇ ਜਿਹੜੀ ਧਾਰਨਾਵਾਂ ਬੜੀਆਂ ਹੋਈਆਂ ਨੇ ਇਸ ਵੇਲੇ ਜਿਵੇਂ ਅਸੀਂ ਗੱਲ ਕੀਤੀ ਵੀ 80% ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਸਹੀ ਨੇ ਜਿਹੜੇ 20% ਪੁਲਿਸ ਮੁਲਾਜ਼ਮ ਗਲਤ ਹਰਕਤਾਂ ਕਰਦੇ ਨੇ ਉਹਨਾਂ ਕਰਕੇ ਪੰਜਾਬ ਪੁਲਿਸ ਬਦਨਾਮ ਹੁੰਦੀ ਹੈ ਤਾਂ ਕੋਸ਼ਿਸ਼ ਇਹ ਕਰੋ ਕਿ ਉਹ 80% ਤੋਂ ਅਸੀਂ 99% ਤੱਕ ਲੈ ਕੇ ਜਾਈਏ ਕਿਉਂਕਿ 1% ਤਾਂ ਹਰ ਇੱਕ ਖੇਤਰ ਦੇ ਵਿੱਚ ਹੁੰਦੇ ਹੀ ਨੇ ਐਦਾਂ ਦੇ ਲੋਕ ਅਸੀਂ ਹਰ ਕਿਸੇ ਦੀ ਸੋਚ ਨਹੀਂ ਬਦਲ ਸਕਦੇ ਪਰ ਦਾਗ ਜਿਹੜੇ ਲੱਗੇ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਜ਼ਰੂਰ ਕਰੀਏ ਤੇ ਮੁੱਦੇ ਮਸ ਤਤ ਨਹੀਂ ਦੇਰਿਆ ਅਗਲੀ ਵਾਰ ਫਿਰ ਹਾਜ਼ਰ ਹੋ ਜਾਵਾਂਗੇ ਉਲਪੁਲ ਮੁੱਦਿਆਂ ਦੇ ਨਾਲ ਉਲਪੁਲ ਨਿਗੰਦੇ ਨਾਲ ਤਦ ਤੱਕ ਲਈ ਸਾਨੂੰ ਦੀਓ ਇਜਾਜ਼ਤ ਤੇ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ